ਮਤਲਬ ਸਾਰੀ 92-93 ਸੀਟਾਂ ਤੁਹਾਡੇ ਕੋਲ ਵਿਧਾਨ ਸਭਾ 'ਚ ਆਇਆ, ਪੂਰਾ ਪੰਜਾਬ ਆਮ ਆਦਮੀ ਪਾਰਟੀ ਦੇ ਇੱਕ ਜਾਲ ਥੱਲੇ ਹੈ, ਉਸਦੇ ਬਾਵਜੂਦ ਤੁਸੀਂ ਜਿਹੜੀਆਂ ਹੈਗੀਆਂ 9 ਸੀਟਾਂ ਹਾਰ ਗਏ। ਦੇਖੋ ਮੈਂ ਤੁਹਾਨੂੰ ਗੱਲ ਰਿਪੀਟ ਕਰਾਂ, ਆਪਾਂ ਹਾਰਨ ਦੀ ਗੱਲ ਨਾ ਕਰੀਏ, ਅੱਜ ਅਸੀਂ ਜਿੱਤੇ ਹਾਂ ਔਰ 37,000 ਦੇ ਵੋਟਾਂ ਦੀ ਲੀਡ ਦੇ ਨਾਲ ਜਿੱਤੇ ਹਾਂ ਔਰ ਪੰਜਾਬ ਦੇ ਮੁੱਦੇ 'ਤੇ ਜਿੱਤੇ ਹਾਂ, ਪੰਜਾਬ ਦੇ ਵਿੱਚ ਕੰਮ ਕੀਤਾ ਤਾਂ ਜਿੱਤੇ ਹਾਂ। ਤੁਸੀਂ ਦੇਖਣਾ ਕਿ ਹੁਣ ਜਦੋਂ ਦਿੱਲੀ ਵਿੱਚ ਇਲੈਕਸ਼ਨ ਹੁੰਦੇ ਸੀ, 7 ਦੀਆਂ 7 ਲੋਕ ਸਭਾ BJP ਜਿੱਤੀ ਸੀ ਔਰ 17 ਦੇ ਵਿੱਚੋਂ 60-65 ਸੀਟਾਂ ਜਿਹੜੀਆਂ ਆ ਉਹ ਆਮ ਆਦਮੀ ਪਾਰਟੀ ਜਿੱਤੀ ਸੀ। ਗੜਸ਼ੰਕਰ ਦੇ ਵਿਕਾਸ ਦੀ ਗੱਲ ਕਿੱਥੇ ਖੜੀ ਹੈ? ਗੜਸ਼ੰਕਰ ਦੇ ਵਿੱਚ ਜਿੰਨੀਆਂ ਵੀ ਤੁਸੀਂ ਰੋਡ ਦੀ ਗੱਲ ਕਰ ਲਓ, ਗੜਸ਼ੰਕਰ ਤੋਂ ਨੰਗਰ ਰੋਡ ਦੀ ਗੱਲ ਕਰ ਲਓ, ਗੜਸ਼ੰਕਰ ਤੋਂ ਨਹਿਰ ਦੇ ਨਾਲ ਜਿਹੜਾ ਰੋਡ ਜਾਂਦਾ ਉਹ ਦੇਖ ਲਓ, ਮਾਲਪੁਰ ਤੋਂ ਜੇਜੋਂ ਦੀ ਸੜਕ ਦੇਖ ਲਓ, ਮਾਲਪੁਰ ਤੋਂ ਕੋਟ ਵਾਲੀ ਸੜਕ ਦੇਖ ਲਓ, ਸੈਲੇ ਤੋਂ ਮੋਰਾਂ ਵਾਲੀ ਦੇਖ ਲਓ, ਸੈਲੇ ਤੋਂ ਖੁਸ਼ੀਬੰਦੀ ਦੇਖ ਲਓ, ਇਹਦੇ ਨਾਲ ਹੁਣ ਤੁਹਾਡੀ ਸੜਕ ਕੱਲ੍ਹ ਵੀ ਪਾਸੋਂ ਸ਼ੁਰੂ ਕਰਾ ਕੇ ਆਏ ਨਵੀਂ ਜਿਹੜੀ ਹੈ ਸਦਰਪੁਰ ਸ਼ਾਹਪੁਰ ਚੱਕਰੋ ਤਾਂ ਕੁਨੈਰ ਰੋਡ ਮਜਰਾ। ਕਹਿਣ ਦਾ ਭਾਵ ਸਾਰੀਆਂ ਸੜਕਾਂ ਦੇ ਹਾਲਾਤ ਇਹ ਸੀ ਕਿ ਗੋਡੇ ਗੋਡੇ ਟੋਏ ਸੀ। ਸਾਰੀਆਂ ਸੜਕਾਂ ਤੁਸੀਂ ਗਿਣਾ ਦਿੱਤੀਆਂ ਪਰ ਬੰਗਿਆਂ ਤੋਂ ਆਨੰਦਪੁਰ ਸਾਹਿਬ ਵਾਲੀ ਸੜਕ ਦਾ ਤੁਸੀਂ ਪੱਲਾ ਝਾੜ ਗਏ ਹੋ, 28 ਕਰੋੜ ਤੁਸੀਂ ਦੱਸਦੇ ਹੋ, ਪਰ 48 ਕਰੋੜ ਰੁਪਈਆ ਜਿੱਥੇ ਕਿ ਮੇਰੀ ਨੌਲੇਜ ਹੈ 48 ਕਰੋੜ ਰੁਪਈਆ ਪਾਸ ਹੋਇਆ ਸੀ। ਦੇਖੋ 48 ਕਰੋੜ ਜਿਹੜਾ ਤੁਹਾਡੀ ਨੌਲੇਜ ਉਹ ਗਲਤ ਹੈ ਜੀ, 28 ਕਰੋੜ ਰੁਪਏ ਸੀ ਜੀ, 28 ਕਰੋੜ ਦੇ ਵਿੱਚੋਂ 18 ਕਰੋੜ ਖਰਚ ਹੋ ਗਿਆ, 10 ਕਰੋੜ ਪੈਂਡਿੰਗ ਪਿਆ ਸੀ, ਉੱਥੇ ਜਿਹੜਾ ਆ ਫੋਰਸਟ ਦੀ ਜਗ੍ਹਾ ਪੈਂਦੀ ਹੈ ਉਹਦੀ ਮਨਜ਼ੂਰੀ ਨਹੀਂ ਸੀ ਜੀ, ਜੇਕਰ ਅਸੀਂ ਉੱਥੇ ਇੱਕ ਦਾਤਣ ਵੀ ਤੋੜ ਲਈਏ ਤਾਂ ਕਹਿਣਗੇ ਦਰਖਤ ਜਾੜ ਦਿੱਤੇ, ਅਸੀਂ ਇੱਕ ਉੱਥੇ ਪੱਥਰ ਵੀ ਸਾਈਡ ਨੂੰ ਕਰਦੇ ਕਹਿਣਗੇ ਮਾਈਨਿੰਗ ਕਰ ਲਈ। ਤੁਸੀਂ ਗੱਲ ਕੀਤੀ ਵੀ CM ਸਾਹਿਬ ਕਹਿੰਦੇ ਨੇ ਵੀ ਜੇ ਕੰਮ ਕੀਤਾ ਤਾਂ ਲੋਕ ਵੋਟ ਪਾਉਣ, ਜੇ ਕੰਮ ਨਹੀਂ ਕੀਤਾ ਤਾਂ ਵੋਟ ਪਾਉਣ, ਕੀ ਇਹ ਜਿਹੜਾ ਫਾਰਮੂਲਾ ਲੋਕ ਸਭਾ 'ਤੇ ਲਾਗੂ ਨਹੀਂ ਹੋਇਆ ਜੀ ਤੁਹਾਡਾ? ਇੱਕ ਜਿਹੜਾ ਲੋਕ ਸਭਾ ਦੀ ਇਲੈਕਸ਼ਨ ਹੈ, ਵਿਧਾਨ ਸਭਾ ਦੀ ਇਲੈਕਸ਼ਨ ਹੈ, ਸਰਪੰਚੀ ਦੀ ਇਲੈਕਸ਼ਨ ਹੈ, ਨਗਰ ਕੌਂਸਲ ਦੀ ਇਲੈਕਸ਼ਨ ਹੈ, ਇਹਨਾਂ ਇਲੈਕਸ਼ਨਾਂ ਦਾ ਹਰ ਵਾਰ ਜਿਹੜਾ ਆਪਣਾ ਅਲੱਗ ਜਿਹੜਾ ਆ ਉਹ ਗੱਲ ਹੁੰਦੀ ਹੈ। ਲੋਕ ਸਭਾ ਦੇ ਜਿਹੜੇ ਇਲੈਕਸ਼ਨ ਸੀ ਮੈਂ ਸਮਝਦਾ ਜੀ ਉਹ ਕਿਤੇ ਨਾ ਕਿਤੇ ਜਿਹੜਾ ਸੀਗਾ ਕਾਂਗਰਸ ਵਰਸਸ BJP ਜਿਹੜਾ ਸੀਗਾ ਪੂਰੇ ਦੇਸ਼ ਦੇ ਵਿੱਚ ਜਿਹੜਾ ਗੱਲ ਹੋਈ ਹੈ ਉਹਦੇ ਕਾਰਨ ਮੈਂ ਸਮਝਦਾ ਕਿ ਕਾਂਗਰਸ ਜਿਹੜੀਆਂ ਚੰਗੀਆਂ ਸੀਟਾਂ ਜਿਹੜੀ ਹੈ ਪੰਜਾਬ ਦੇ ਵਿੱਚ ਕਾਮਯਾਬ ਹੋਈ ਹੈ, ਕਿਉਂਕਿ ਲੋਕਾਂ ਨੂੰ ਲੱਗਾ ਕਿ ਮੁੱਖ ਮੰਤਰੀ ਤਾਂ ਜਿਹੜਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਹੈ, ਲੇਕਿਨ ਪ੍ਰਧਾਨ ਮੰਤਰੀ ਦਾ ਜਿਹੜਾ ਚਿਹਰਾ ਆ ਉਹ ਕਿਤੇ ਨਾ ਕਿਤੇ ਜਿਹੜਾ ਸੀਗਾ ਉਹ ਆਮ ਆਦਮੀ ਪਾਰਟੀ ਕੋਲ ਨਹੀਂ ਸੀਗਾ। ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਤੁਹਾਡਾ ਦੂਜੀ ਵਾਰ ਤੁਸੀਂ ਵਿਧਾਇਕ ਬਣੇ, ਉੱਥੋਂ ਬਾਈਪਾਸ ਦੀ ਗੱਲ ਪਿਛਲੇ ਕਾਫੀ ਲੰਬੇ ਅਰਸੇ ਤੋਂ ਚੱਲਦੀ ਆ ਰਹੀ ਹੈ, ਬਾਈਪਾਸ ਦਾ ਮੁੱਦਾ ਕੱਢ ਸਕਦਾ ਕਿੱਥੇ ਖੜਾ ਹੈ? ਕੋਈ 21 ਪਾਸ ਹੋ ਗਏ, ਕੋਈ ਬਾਈਪਾਸ ਹੋ ਗਿਆ, ਕੋਈ 23 ਪਾਸ ਹੋ ਗਿਆ, ਕੋਈ 24 ਪਾਸ ਹੋ ਗਿਆ ਜੀ, ਪਰ ਗੜ ਸਿੰਘ ਬਾਈਪਾਸ ਕਿਸੇ ਨੇ ਬਣਾਇਆ ਜੀ? ਜੇ ਇਹ ਬਣਾਇਆ ਨਾ ਤਾਂ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਹਿੱਸੇ ਹੀ ਆਉਣਾ ਜੀ। ਜਦੋਂ ਗੜ ਸ਼ੰਕਰ ਪਹਿਲੀ ਵਾਰ ਆਏ ਆ ਸਿੰਬਲੀ ਪਿੰਡ ਦੇ ਵਿੱਚ ਜੀ, ਉਸ ਦਿਨ ਸਾਡੀ ਇੱਕੋ ਹੀ ਮੰਗ ਸੀ ਕਿ ਤੁਸੀਂ ਜਿਹੜਾ ਸਾਨੂੰ ਗੜ ਸ਼ੰਕਰ ਦਾ ਬਾਈਪਾਸ ਦੇ ਕੇ ਜਾਓ, ਔਰ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਹਾਂ ਕਰ ਦਿੱਤੀ ਆ, ਇਹਦਾ ਸਰਵੇ ਚੱਲ ਰਿਹਾ, ਇਹਦਾ ਜਿਹੜੀਆਂ ਗਰਾਊਂਡ ਦੀ ਰਿਪੋਰਟ ਲਈ ਜਾ ਰਹੀ ਵੀ ਕਿੰਨੀ ਜ਼ਮੀਨ ਕਿੱਥੋਂ ਅਕਵਾਇਰ ਹੋਣੀ ਹੈ, ਕਿਵੇਂ ਰੇਲਵੇ ਲਾਈਨ ਵੀ ਰਸਤੇ ਵਿੱਚ ਆਉਂਦੀ ਹੈ, ਇਹਦੀ ਪ੍ਰਪੋਜ਼ਲ ਵੀ ਭੇਜਣੀ ਹੈ, ਬਹੁਤ ਜਲਦ ਜਿਹੜਾ ਆ ਬਾਈਪਾਸ ਬਣਨਾ ਸ਼ੁਰੂ ਹੋਊਗਾ। ਵਿਧਾਇਕ ਡਿਪਟੀ ਸਪੀਕਰ ਹੋਣ ਦੇ ਨਾਤੇ ਕਿਸਾਨਾਂ ਦੀ ਆਵਾਜ਼ ਕਿਉਂ ਨਹੀਂ ਬਣ ਸਕਦੀ? ਹੁਣੇ ਜਿਹੜਾ ਕੱਲ੍ਹ ਪਰਸੋਂ 1,18,65,000 ਰੁਪਏ ਦੇ ਨਾਲ ਮਾਲਪੁਰ ਦੀ ਮੰਡੀ ਦਾ ਜਿਹੜਾ ਫੜ ਹੈ ਉਹ ਪੱਕਾ ਕਰਨ ਦਾ ਆਪਾਂ ਕੰਮ ਕਰਕੇ ਆਏ ਹਾਂ, ਤਨਾਮ ਦੀ ਜਿਹੜੀ ਮੰਡੀ ਹੈ ਉਹਦਾ ਪੱਕਾ ਕਰਕੇ ਆਏ ਹਾਂ, ਜਿਹੜੇ ਟਿਊਬਵੈਲਾਂ ਦੀ ਗੱਲ ਹੈ ਇਹ ਕਿਸਾਨਾਂ ਦੀ ਗੱਲ ਹੈ, 20 ਏਰੀਏ ਦੇ ਵਿੱਚ 37 ਪਿੰਡ ਨੇ ਸਾਡੇ ਉੱਥੇ, 37 ਪੰਚਾਇਤਾਂ ਨੇ, ਉਹਨਾਂ ਨੂੰ ਲਿਫਟ ਦੇ ਨਾਲ ਪਾਣੀ ਦੇਣਾ ਇਹ ਕਿਸਾਨਾਂ ਦੀ ਮੰਗ ਹੈ, ਕਿਸਾਨਾਂ ਦੀ ਜਿਹੜੀ ਗੱਲ ਕਰਨੀ ਸਾਡਾ ਹੀ ਕੰਮ ਆ, ਆਪਾਂ ਕਿਸਾਨ ਮਜ਼ਦੂਰ ਮਹਿਲਾਵਾਂ ਵਪਾਰੀ ਅਤੇ ਨਾਲ ਸਾਡਾ ਜਿਹੜਾ ਨੌਜਵਾਨ ਵਰਗ ਹੈ ਉਹਨਾਂ ਨੂੰ ਸਪੈਸ਼ਲ ਸੇਧ ਦੇਣਾ ਸਾਡੇ ਕੰਮ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਚੋਣਾਂ ਤੋਂ ਪਹਿਲਾਂ ਬੜਾ ਰੱਟਾ ਲਾਇਆ ਸੀ MSP ਦੇਵਾਂਗੇ MSP ਦੇਵਾਂਗੇ, ਆਮ ਆਦਮੀ ਪਾਰਟੀ ਕਿੱਥੇ ਖੜੀ ਹੈ MSP ਦੇ ਮਾਮਲੇ ਲੈ ਕੇ? ਹਰ ਮੁੱਦੇ 'ਤੇ ਹੁਣ ਸੈਸ਼ਨ ਆ ਰਿਹਾ, ਤੁਹਾਨੂੰ ਬੜੀਆਂ ਚੰਗੀਆਂ ਖਬਰਾਂ ਜਿਹੜੀਆਂ ਸੁਣਨ ਅੱਗੇ ਮਿਲਣਗੀਆਂ। MSP ਦੇ ਰਹੇ ਹੋ ਸਰ? ਚੰਗੀਆਂ ਖਬਰਾਂ, ਬਹੁਤ ਹੀ ਜਿਹੜਾ ਪੰਜਾਬ ਪੱਖੀ, ਪੰਜਾਬ ਦਾ ਕੋਈ ਵੀ ਵਰਗ ਹੈ
ਭਾਵੇਂ ਮਜ਼ਦੂਰ ਹੈ, ਭਾਵੇਂ ਕਿਸਾਨ ਹੈ, ਭਾਵੇਂ ਵਪਾਰੀ ਹੈ, ਭਾਵੇਂ ਨੌਜਵਾਨ ਹੈ, ਮਹਿਲਾਵਾਂ, ਹਰ ਇੱਕ ਨੂੰ ਜਿਹੜਾ ਆ ਉਹ ਸੈਸ਼ਨ ਦੇ ਵਿੱਚ ਹੁਣ ਜਿਹੜਾ ਮਾਨਸੂਨ ਸੈਸ਼ਨ ਵੀ ਆਊਗਾ, ਸਰਦ ਰੁੱਤ ਸੈਸ਼ਨ ਵੀ ਆਊਗਾ, ਬਜਟ ਸੈਸ਼ਨ ਵੀ ਆਊਗਾ, ਹਰ ਸੈਸ਼ਨ ਦੇ ਵਿੱਚ ਵੱਖ ਵੱਖ ਦੇ ਵਿੱਚ ਜਿਹੜੇ ਚੰਗੀਆਂ ਗੱਲਾਂ ਜਿਹੜਾ ਪੰਜਾਬ ਦੇ ਹਿੱਤ ਦੀਆਂ ਨੇ, ਪੰਜਾਬ ਦੇ ਲੋਕਾਂ ਦੇ ਹਿੱਤ ਉਹ ਸੁਣਨ ਮਿਲਣਗੀਆਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ R19 ਔਰ ਮੈਂ ਹਾਂ ਸ਼ਰਜੀਤ ਬੈਂਸ। ਲੋਕ ਸਭਾ 'ਚ ਵੱਡੀ ਹਾਰ ਤੋਂ ਬਾਅਦ ਜਲੰਧਰ ਪੱਛਮੀ ਦੀ ਸੀਟ ਅੱਜ ਆਮ ਆਦਮੀ ਪਾਰਟੀ ਨੇ ਵੱਡੇ ਫਰਕ ਨਾਲ ਜਿੱਤੀ ਹੈ। 37,000 ਤੋਂ ਵੱਧ ਵੋਟਾਂ ਨਾਲ ਉਹ ਸੀਟ ਦੇ ਉੱਪਰ ਉਹਨਾਂ ਨੇ ਜਿੱਤ ਦਰਜ ਕੀਤੀ ਹੈ। ਸਾਡੇ ਨਾਲ ਅੱਜ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਗੜਸ਼ੰਕਰ ਤੋਂ ਵਿਧਾਇਕ, ਵਿਧਾਨ ਸਭਾ ਦੇ ਡਿਪਟੀ ਸਪੀਕਰ ਸਰਦਾਰ ਜੈ ਕਿਸ਼ਨ ਸਿੰਘ ਰੌੜੀ। ਰੌੜੀ ਸਾਹਿਬ, ਬਹੁਤ ਬਹੁਤ ਸਵਾਗਤ ਤੁਹਾਡਾ R19 'ਤੇ। ਬਹੁਤ ਮਿਹਰਬਾਨੀ। ਪਹਿਲਾਂ ਤਾਂ ਬਹੁਤ ਬਹੁਤ ਤੁਹਾਨੂੰ ਵਧਾਈ, ਤੁਸੀਂ ਜਿਹੜੀ ਜਲੰਧਰ ਪੱਛਮੀ ਦੀ ਸੀਟ ਬਹੁਤ ਵੱਡੇ ਮਾਰਜਨ ਦੇ ਨਾਲ ਵੱਡੇ ਫਰਕ ਨਾਲ ਜਿੱਤੀ ਹੈ। ਕੀ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਸੀਗੇ ਜਾਂ ਆਮ ਆਦਮੀ ਪਾਰਟੀ ਦੇ ਜਿਹੜੇ ਸਰਕਾਰ ਹੈ ਉਹ ਸਮਝਦੀ ਸੀ ਕਿ ਜਲੰਧਰ ਸੀਟ ਇੰਨੀ ਮਤਲਬ ਇੰਪੋਰਟੈਂਟ ਹੋ ਗਈ? ਗੱਲ ਬੜੀ ਸਪਸ਼ਟ ਹੈ। ਮਾਣਯੋਗ ਮੁੱਖ ਮੰਤਰੀ ਭਾਵੇਂ ਅਰਵਿੰਦ ਕੇਜਰੀਵਾਲ ਸਾਹਿਬ ਹੋਣ ਜੀ, ਅਤੇ ਪੰਜਾਬ ਦੇ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਜੀ, ਉਹਨਾਂ ਨੇ ਹਮੇਸ਼ਾ ਹੀ ਜਦੋਂ ਵੀ ਕੋਈ ਵੀ ਇਲੈਕਸ਼ਨ ਹੋਇਆ ਉਹਨਾਂ ਨੇ ਇੱਕੋ ਗੱਲ ਕਹੀ ਹੈ ਵੀ ਜੇ ਕੰਮ ਕੀਤਾ ਤਾਂ ਵੋਟ ਪਾਇਓ, ਨਹੀਂ ਰਹਿਣ ਦਿਓ ਜੀ। ਹਲਕਾ ਗੜਸ਼ੰਕਰ ਦੀ ਗੱਲ ਕਰ ਲਈਏ ਤਾਂ ਸਭ ਤੋਂ ਪਹਿਲਾਂ ਜਿਹੜਾ ਆ ਹੁਣ ਲੋਕ ਸਭਾ ਦੇ ਵਿੱਚ ਵੀ ਬਹੁਤ ਵੱਡਾ ਮਾਰਜਨ ਜਿਹੜਾ ਆ ਕੰਗ ਸਾਹਿਬ ਨੂੰ ਜਿਤਾ ਕੇ ਜਿਹੜਾ ਲੋਕ ਸਭਾ ਦੇ ਵਿੱਚ ਭੇਜਿਆ ਜੀ। ਔਰ ਤੁਸੀਂ ਇਹ ਦੇਖੋ ਕਿ ਹੁਣ ਜਿਹੜਾ ਜਲੰਧਰ ਦਾ ਇਲੈਕਸ਼ਨ ਹੋਇਆ ਇਹਦੇ ਵਿੱਚ ਭਗਤ ਜੀ 51,000 ਦੇ ਤਕਰੀਬਨ ਵੋਟਾਂ ਲੈਂਦੇ ਨੇ ਅਤੇ 37,000 ਤੋਂ ਵੱਧ ਜਿਹੜੀ ਲੀਡ ਹੈ ਇਹ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਜੋ ਪੰਜਾਬ ਦੇ ਲਈ ਉਹਨਾਂ ਦਾ ਪਿਆਰ ਹੈ ਜੀ, ਜੋ ਪੰਜਾਬ ਦੇ ਲਈ ਕੰਮ ਕਰ ਰਹੇ ਨੇ, ਜੋ ਜਲੰਧਰ ਲਈ ਕੰਮ ਕੀਤਾ ਉਧਰ ਜਾਣ। ਤੁਸੀਂ ਗੱਲ ਕੀਤੀ ਵੀ CM ਸਾਹਿਬ ਕਹਿੰਦੇ ਨੇ ਵੀ ਜੇ ਕੰਮ ਕੀਤਾ ਤਾਂ ਲੋਕ ਵੋਟ ਪਾਉਣ, ਜੇ ਕੰਮ ਨਹੀਂ ਕੀਤਾ ਤਾਂ ਵੋਟ ਪਾਉਣ। ਕੀ ਇਹ ਜਿਹੜਾ ਫਾਰਮੂਲਾ ਲੋਕ ਸਭਾ 'ਤੇ ਲਾਗੂ ਨਹੀਂ ਹੋਇਆ ਤੁਹਾਡਾ? ਦੇਖੋ, ਜਿਹੜਾ ਲੋਕ ਸਭਾ ਦੀ ਇਲੈਕਸ਼ਨ ਹੈ, ਵਿਧਾਨ ਸਭਾ ਦੀ ਇਲੈਕਸ਼ਨ ਹੈ, ਸਰਪੰਚੀ ਦੇ ਇਲੈਕਸ਼ਨ ਹੈ, ਨਗਰ ਕੌਂਸਲ ਦੇ ਇਲੈਕਸ਼ਨ ਹੈ, ਇਹਨਾਂ ਇਲੈਕਸ਼ਨਾਂ ਦਾ ਹਰ ਵਾਰ ਜਿਹੜਾ ਆਪਣਾ ਅਲੱਗ ਜਿਹੜਾ ਆ ਉਹ ਗੱਲ ਹੁੰਦੀ ਹੈ। ਲੋਕ ਸਭਾ ਦੇ ਜਿਹੜੇ ਇਲੈਕਸ਼ਨ ਸੀ ਮੈਂ ਸਮਝਦਾ ਜੀ ਉਹ ਕਿਤੇ ਨਾ ਕਿਤੇ ਜਿਹੜਾ ਸੀਗਾ ਕਾਂਗਰਸ ਵਰਸਸ BJP ਜਿਹੜਾ ਸੀਗਾ ਪੂਰੇ ਦੇਸ਼ ਦੇ ਵਿੱਚ ਜਿਹੜਾ ਗੱਲ ਹੋਈ ਹੈ ਉਹਦੇ ਕਾਰਨ ਮੈਂ ਸਮਝਦਾ ਕਿ ਕਾਂਗਰਸ ਜਿਹੜੀਆਂ ਚੰਗੀਆਂ ਸੀਟਾਂ ਜਿਹੜੀ ਹੈ ਪੰਜਾਬ ਦੇ ਵਿੱਚੋਂ ਲੈ ਕੇ ਕਾਮਯਾਬ ਹੋਈ ਹੈ, ਕਿਉਂਕਿ ਲੋਕਾਂ ਨੂੰ ਲੱਗਾ ਕਿ ਮੁੱਖ ਮੰਤਰੀ ਤਾਂ ਜਿਹੜਾ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਹੈ ਲੇਕਿਨ ਪ੍ਰਧਾਨ ਮੰਤਰੀ ਦਾ ਜਿਹੜਾ ਚਿਹਰਾ ਆ ਉਹ ਕਿਤੇ ਨਾ ਕਿਤੇ ਜਿਹੜਾ ਸੀਗਾ ਉਹ ਆਮ ਆਦਮੀ ਪਾਰਟੀ ਕੋਲ ਨਹੀਂ ਸੀਗਾ, ਅਤੇ ਉਹ ਕਾਰਨ ਜਿਹੜਾ ਵੱਡਾ ਸਮਝਦੇ ਹਾਂ ਕਿ ਲੋਕਾਂ ਨੇ ਚੁਆਇਸ ਕਰ ਲਈ ਕਿ BJP ਨੂੰ ਪਾਈਏ ਜਾਂ ਕਾਂਗਰਸ ਨੂੰ। ਇਹੀ ਕਾਰਨ ਹੈ ਕਿ ਉਹਦੇ ਵਿੱਚ ਕੁਛ ਰਿਜ਼ਲਟ ਜਿਹੜੇ ਘੱਟ ਰਹੇ ਆ, ਪਰ ਆਪਾਂ ਦੇਖੀਏ ਕਿ ਫਿਰ ਵੀ ਜਿਹੜੇ ਸਾਡੇ ਕੋਲ ਪਹਿਲਾਂ ਸਾਡੇ ਕੋਲ 1 MP ਸੀ ਹੁਣ ਸਾਡੇ ਕੋਲ 3 MP ਨੇ। ਨਹੀਂ, ਲੋਕ ਸਭਾ ਚੋਣਾਂ ਦੀ ਆਪਾਂ ਗੱਲ ਕਰੀਏ ਤਾਂ ਮਤਲਬ ਸਾਰੇ 92-93 ਸੀਟਾਂ ਤੁਹਾਡੇ ਕੋਲ ਵਿਧਾਨ ਸਭਾ 'ਚ ਆਇਆ, ਪੂਰਾ ਪੰਜਾਬ ਆਮ ਆਦਮੀ ਪਾਰਟੀ ਦੇ ਇੱਕ ਜਾਲ ਥੱਲੇ ਹੈ, ਉਸਦੇ ਬਾਵਜੂਦ ਤੁਸੀਂ ਜਿਹੜੀਆਂ ਹੈਗੀਆਂ 9 ਸੀਟਾਂ ਹਾਰ ਗਏ ਹੋ। ਦੇਖੋ, ਮੈਂ ਤੁਹਾਨੂੰ ਗੱਲ ਰਿਪੀਟ ਕਰਾਂ, ਆਪਾਂ ਹਾਰਨ ਦੀ ਗੱਲ ਨਾ ਕਰੀਏ, ਅੱਜ ਅਸੀਂ ਜਿੱਤੇ ਹਾਂ ਔਰ 37,000 ਦੇ ਵੋਟਾਂ ਦੀ ਲੀਡ ਦੇ ਨਾਲ ਜਿੱਤੇ ਹਾਂ ਔਰ ਪੰਜਾਬ ਦੇ ਮੁੱਦੇ 'ਤੇ ਜਿੱਤੇ ਹਾਂ, ਪੰਜਾਬ ਦੇ ਵਿੱਚ ਕੰਮ ਕੀਤਾ ਤਾਂ ਜਿੱਤੇ ਹਾਂ। ਤੁਸੀਂ ਦੇਖਣਾ ਕਿ ਹੁਣ ਜਦੋਂ ਦਿੱਲੀ ਵਿੱਚ ਇਲੈਕਸ਼ਨ ਹੁੰਦੇ ਸੀ 7 ਦੀਆਂ 7 ਲੋਕ ਸਭਾ BJP ਜਿੱਤਦੀ ਸੀ ਔਰ 17 ਦੇ ਵਿੱਚੋਂ 60-65 ਸੀਟਾਂ ਜਿਹੜੀਆਂ ਆ ਉਹ ਆਮ ਆਦਮੀ ਪਾਰਟੀ ਜਿੱਤਦੀ ਸੀ। ਦੇਸ਼ ਦੇ ਪ੍ਰਧਾਨ ਮੰਤਰੀ ਚੁਣਨ ਦੀ ਗੱਲ ਅਲੱਗ ਹੈ, ਨੈਸ਼ਨਲ ਮੁੱਦੇ ਆ, ਨੈਸ਼ਨਲ ਪਾਰਟੀ ਨੂੰ ਜਿਹੜੇ ਲੋਕਾਂ ਨੇ, ਸਾਡੀ ਵੀ ਜਿਹੜੀ ਹੁਣ ਨੈਸ਼ਨਲ ਪਾਰਟੀ ਬਣੀ ਹੈ ਹਜੇ ਉਸ ਲੈਵਲ ਤੱਕ ਨਹੀਂ ਪਹੁੰਚ ਸਕੇ ਸੀ ਕਿ ਸਾਰੇ ਦੇਸ਼ ਦੇ ਵਿੱਚ, ਕਿਉਂਕਿ ਇੰਡੀਆ ਦਾ ਗਠਜੋੜ ਸੀਗਾ, ਲੋਕਾਂ ਨੂੰ ਲੱਗਾ ਕਿ ਇੰਨੀਆਂ ਸੀਟਾਂ ਦੇ ਉੱਤੇ ਲੜਦੇ ਤੇ ਕਿੱਦਾਂ ਕੀ ਹੈ। ਪਰ ਮੈਂ ਜਿਹੜੀ ਗੱਲ ਕਹਿੰਦੇ ਹਾਂ, ਅੱਜ ਪੰਜਾਬ ਦੇ ਵਿੱਚ ਜੋ ਮਾਣਯੋਗ ਮੁੱਖ ਮੰਤਰੀ ਸਾਹਿਬ ਨੇ ਪਿਛਲੇ 2 ਸਾਲਾਂ ਦੇ ਵਿੱਚ ਕੀਤਾ ਹੈ
ਮੈਂ ਸਮਝਦਾ ਕਿ ਕਦੀ ਨਹੀਂ ਹੋਇਆ, ਤੁਸੀਂ ਆਪ ਇਸ ਗੱਲ ਦੇ ਗਵਾਹ ਹੋ ਜੀ। ਸਾਡੇ ਕੰਢੀ ਕਨਾਲ ਨਹਿਰ ਆ ਜੀ, ਪਾਣੀ ਜਿਹੜਾ ਗੜਸ਼ੰਕਰ ਦਾ ਆ ਉਹ ਡਾਰਕ ਜ਼ੋਨ, ਪੂਰੇ ਪੰਜਾਬ ਦੇ ਵਿੱਚ ਸਭ ਤੋਂ ਡੂੰਘਾ ਪਾਣੀ ਗੜਸ਼ੰਕਰ 'ਚ ਜੀ ਜੀ ਡਾਰਕ ਜ਼ੋਨ ਆ। ਜੇ ਅੱਜ ਇਕੱਲੇ ਇਕੱਲੇ ਪਿੰਡ ਦੇ ਵਿੱਚ ਨਹਿਰ ਦਾ ਪਾਣੀ ਜਾ ਰਿਹਾ ਜਾਂ ਪਹੁੰਚਣ ਜਾ ਰਿਹਾ ਜਾਂ ਪੁੱਜ ਰਿਹਾ ਤਾਂ ਉਹਦੇ ਪਿੱਛੇ ਮੁੱਖ ਮੰਤਰੀ ਸਾਹਿਬ ਦਾ ਸਭ ਤੋਂ ਵੱਡਾ ਰੋਲ ਹੈ। ਕੰਢੀ ਕਨਾਲ ਦੁਬਾਰਾ ਸ਼ੁਰੂ ਕਰਵਾ ਰਹੇ ਹੋ ਜੀ? ਚੱਲ ਰਹੀ ਹੈ ਜੀ ਕੰਢੀ ਕਨਾਲ। ਇੱਕ ਦਿਨ ਅਸੀਂ 21 ਪਿੰਡਾਂ ਦਾ ਕੈਂਪ ਲਗਾਇਆ, ਸਰਕਾਰ ਤੁਹਾਡੇ ਦੁਆਰਾ, ਮੇਰੇ ਨਾਲ ਜਿੰਨੇ ਵੀ ਸਾਡੇ ਅਫਸਰ ਸਾਹਿਬਾਨ ਸੀ, ਐਕਸੀਐਨ, ਐਸਡੀਓ, ਜੇਈ, ਇਕੱਲੇ ਇਕੱਲੇ ਪਿੰਡ ਗਏ ਆ ਜਿਹਨਾਂ ਲੋਕਾਂ ਕੋਲ ਹਜੇ ਮੋਗਾ ਨਹੀਂ ਲੱਗਾ ਜਾਂ ਪਾਈਪਲਾਈਨ ਨਵੀਂ ਪੈਣੀ ਹੈ, ਪੁਰਾਣੀ ਖਾਲ ਟੁੱਟ ਗਏ ਸੀ, ਉਹ ਸਾਰੇ ਜਿਹੜਾ ਆਪਾਂ ਉਹਨੂੰ ਰਿਨਿਊ ਕਰ ਰਹੇ ਹਾਂ, ਸਾਰੇ ਨੂੰ ਚਲਾ ਰਹੇ ਹਾਂ। ਦੂਜੀ ਵਾਰੀ ਤੁਸੀਂ ਚੁਣ ਕੇ ਵਿਧਾਨ ਸਭਾ 'ਚ ਗਏ ਹੋ ਔਰ ਬਹੁਤ ਘੱਟ ਲੋਕਾਂ ਦੇ ਹਿੱਸੇ ਆਇਆ ਕਿ ਦੋ ਵਾਰੀ MLA ਬਣਨਾ, ਪੰਡਿਤ ਸਰਵਣਾ ਮੁਨੀ ਪਹਿਲਾਂ ਬਣਦੇ ਰਹੇ, ਉਸ ਤੋਂ ਬਾਅਦ ਸ਼ਿੰਗਾਰ ਰਾਮ ਸੂੰਗੜਾ ਤੱਕ ਮੈਨੂੰ ਯਾਦ ਹੈ ਦੋ ਵਾਰੀ ਉਹ ਬਣੇ ਨੇ, ਉਸ ਤੋਂ ਬਾਅਦ ਤੁਸੀਂ ਦੂਜੀ ਵਾਰੀ ਵਿਧਾਨ ਸਭਾ ਗੜਸ਼ੰਕਰ ਤੋਂ ਜੇਤੂ ਕਰਾਰ ਹੋਏ ਹੋ, ਗੜਸ਼ੰਕਰ ਦੇ ਵਿਕਾਸ ਦੀ ਗੱਲ ਕਿੱਥੇ ਖੜੀ ਹੈ ਜੀ? ਮੈਂ ਜਦੋਂ ਪਹਿਲੀ ਵਾਰ ਇਲੈਕਸ਼ਨ ਲੜਿਆ ਤਾਂ 1650 ਵੋਟਾਂ ਦੇ ਜਿੱਤੇ ਜੀ। ਦੂਜੀ ਵਾਰ ਜਦੋਂ ਮੈਂ ਇਲੈਕਸ਼ਨ ਲੜਿਆ ਓਪੋਜੀਸ਼ਨ 'ਚ ਰਹੇ ਹਾਂ ਭਾਵੇਂ, ਪਰ ਉਹ ਲੀਡ ਜਿਹੜੀ ਮੇਰੀ 4500 ਦੀ ਸੀ ਅਤੇ 2 ਸਾਲਾਂ ਦੇ ਵਿੱਚ ਇਕੱਲੇ ਇਕੱਲੇ ਪਿੰਡ ਜਾ ਕੇ ਇੱਕੋ ਗੱਲ ਕਹੀ ਹੈ, ਜੇ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਕੋਲ ਅਸੀਂ ਕੋਈ ਕੰਮ ਕੀਤਾ ਹੈ ਤਾਂ ਵੋਟ ਪਾਏ, ਉਹਨੇ ਰਹਿਣ ਦਿਓ, ਔਨ ਰਿਕਾਰਡ ਹੈ। ਲੋਕਾਂ ਨੇ 11000 ਤੋਂ ਵੱਧ ਲੀਡ ਜਿਹੜੀ ਹੈ ਉਹ ਗੜਸ਼ੰਕਰ ਹਲਕੇ ਤੋਂ ਦਿੱਤੀ ਹੈ। ਗੜਸ਼ੰਕਰ ਦੇ ਵਿੱਚ ਜਿੰਨੀਆਂ ਵੀ ਤੁਸੀਂ ਰੋਡ ਦੀ ਗੱਲ ਕਰ ਲਓ, ਗੜਸ਼ੰਕਰ ਤੋਂ ਨੰਗਰ ਰੋਡ ਦੀ ਗੱਲ ਕਰ ਲਓ, ਗੜਸ਼ੰਕਰ ਤੋਂ ਨਹਿਰ ਦੇ ਨਾਲ ਜਿਹੜਾ ਕੋਟਤੀ ਰੋਡ ਜਾਂਦਾ ਉਹ ਦੇਖ ਲਓ, ਮਾਲਪੁਰ ਤੋਂ ਜੇਜੋਂ ਦੀ ਸੜਕ ਦੇਖ ਲਓ, ਮਾਲਪੁਰ ਤੋਂ ਕੋਟ ਵਾਲੀ ਸੜਕ ਦੇਖ ਲਓ, ਸੈਲੇ ਤੋਂ ਮੋਰਾਂ ਵਾਲੀ ਦੇਖ ਲਓ, ਸੈਲੇ ਤੋਂ ਖੁਸ਼ੀਪਦੀ ਦੇਖ ਲਓ। ਇਹਦੇ ਨਾਲ ਹੁਣ ਤੁਹਾਡੀ ਸੜਕ ਕੱਲ੍ਹ ਵੀ ਪਰਸੋਂ ਸ਼ੁਰੂ ਕਰਾ ਕੇ ਆਏ ਨਵੀਂ ਜਿਹੜੀ ਹੈ ਸਦਰਪੁਰ, ਸ਼ਾਹਪੁਰ, ਚੱਕਰੋ ਤਾਂ ਕੁਨੈਰ, ਰੋਡਮ ਜਰਾ। ਕਹਿਣ ਦਾ ਭਾਵ ਸਾਰੀਆਂ ਸੜਕਾਂ ਦੇ ਹਾਲਾਤ ਇਹ ਸੀ ਕਿ ਗੋਡੇ ਗੋਡੇ ਟੋਏ ਸੀ, ਸੜਕ ਕਿਤੇ ਦਿਖਦੀ ਨਹੀਂ ਸੀ। ਅੱਜ ਲਗਭਗ 2 ਸਾਲਾਂ ਦੇ ਵਿੱਚ ਸੜਕਾਂ ਜਿਹੜੀਆਂ ਕੰਪਲੀਟ ਕਰ ਦਿੱਤੀਆਂ ਔਰ ਇਹਦੇ ਨਾਲ ਜਿਹੜਾ ਨਵਾਂ ਸ਼ਹਿਰ ਰੋਡ ਹੈ ਉਹਨੂੰ ਵੀ ਚੌੜਿਆਂ ਕਰਕੇ ਬਣਾਉਣ ਲੱਗੇ ਹਾਂ। ਇਹਦੇ ਨਾਲ ਜਿਹੜਾ ਨੰਗਰ ਰੋਡ ਹੈ ਉਹਨੂੰ ਵੀ ਹੋਰ ਚੌੜਾ ਕਰਨ ਦੀ ਪ੍ਰਪੋਜ਼ਲ ਭੇਜ ਚੁੱਕੇ ਹਾਂ। ਬੰਗਿਆਂ ਤੋਂ ਅਨੰਦਪੁਰ ਸਾਹਿਬ ਦਾ ਸੜਕ ਸੀਗੀ, ਉਹ ਆਪਾਂ ਆਪਣੇ ਸਿਸਟਮ ਦੇ ਵਿੱਚ ਬੰਗਿਆਂ ਤੋਂ ਲੈ ਕੇ ਕੁੱਕੜ ਮੇਰੇ ਤੱਕ ਜਿੱਥੇ ਤੱਕ ਹਲਕਾ ਗੜਸ਼ੰਕਰ ਲੱਗਦਾ ਸੀ ਉਹ ਸੜਕ ਬਿਲਕੁਲ ਨਵੀਂ ਨਕੋਰ ਬਣਾ ਦਿੱਤੀ ਹੈ। ਉਹਦੇ ਵਿੱਚ 28 ਕਰੋੜ ਰੁਪਇਆ ਸੀ, 18 ਕਰੋੜ ਰੁਪਏ ਖਰਚ ਹੋ ਚੁੱਕਾ ਸੀ, 10 ਕਰੋੜ ਰੁਪਇਆ ਰਹਿੰਦਾ ਸੀ। ਉਹ 10 ਕਰੋੜ ਦੇ ਨਾਲ ਜਿਹੜਾ ਹੁਣ ਗੜਸ਼ੰਕਰ ਕੁੱਕੜ ਮਜਾਰੇ ਤੋਂ ਅੱਗੇ ਜਿਹੜਾ ਆ ਆਪਣੇ ਕਨਫੂਕੂਈ ਤੱਕ ਉਹ ਸੜਕ ਦਾ ਕੰਮ ਚੱਲਦਾ ਪਿਆ। ਕਹਿਣ ਦਾ ਭਾਵ ਇਹ ਸੜਕਾਂ ਦੀ ਗੱਲ ਸੀ, ਇਹਦੇ ਨਾਲ ਟਿਊਬਵੈਲਾਂ ਦੀ ਗੱਲ, ਸਾਡਾ ਸੜਕਾਂ ਦੀ ਗੱਲ ਤੱਕ ਮੈਂ ਦੁਬਾਰਾ ਤੁਹਾਨੂੰ ਕਹਿੰਦਾ, ਸਾਰੀਆਂ ਸੜਕਾਂ ਤੁਸੀਂ ਗਿਣਾਤੀਆਂ ਪਰ ਬੰਗਿਆਂ ਤੋਂ ਅਨੰਦਪੁਰ ਸਾਹਿਬ ਵਾਲੀ ਸੜਕ ਦਾ ਤੁਸੀਂ ਪੱਲਾ ਝਾੜ ਗਏ ਹੋ। 28 ਕਰੋੜ ਤੁਸੀਂ ਦੱਸਦੇ ਹੋ ਪਰ 48 ਕਰੋੜ ਰੁਪਈਆ, ਜਿੱਥੇ ਤੱਕ ਮੇਰੀ ਨੌਲੇਜ ਹੈ 48 ਕਰੋੜ ਰੁਪਈਆ ਪਾਸ ਹੋਇਆ ਸੀ ਔਰ ਉਹ ਸੜਕ ਤੁਸੀਂ ਕਹਿੰਦੇ ਹੋ ਕਿ ਮੈਂ ਕੁੱਕੜ ਮਿਆਰੇ ਤੱਕ ਮੇਰਾ ਹਲਕਾ ਸੀ, ਮੈਂ ਉੱਥੇ ਤੱਕ ਬਣਾ ਦਿੱਤੀ। ਉਸ ਤੋਂ ਕਿਹੜਾ ਹਲਕਾ ਪੈਂਦਾ ਹੈਗਾ, ਉਹ ਰੋਪੜ ਜਾਂ ਬਲਾਚੌਰ ਦਾ ਪੈਂਦਾ, ਉੱਥੇ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ। ਅਨੰਦਪੁਰ ਸਾਹਿਬ ਤੋਂ ਸਰਦਾਰ ਹਰਜੋਤ ਸਿੰਘ ਬੈਂਸੋਣੀ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਔਰ ਸਿੱਖਿਆ ਮੰਤਰੀ ਨੇ। ਤੁਸੀਂ 4-5 ਆਮ ਆਦਮੀ ਪਾਰਟੀ ਦੇ ਵਿਧਾਇਕ ਹੋਣ ਦੇ ਬਾਵਜੂਦ ਕਿਲ੍ਹਾ ਆਨੰਦਗੜ੍ਹ ਸਾਹਿਬ ਦੇ ਸੰਤਾਂ ਨੂੰ ਕੀ ਲੋੜ ਪੈ ਗਈ ਸੀ ਵੀ ਉਹ ਕਾਰ ਸੇਵਾ ਰਾਹੀਂ ਸੜਕ ਬਣਾਉਣੀ? ਦੇਖੋ 48 ਕਰੋੜ ਜਿਹੜਾ ਤੁਹਾਡੀ ਨੌਲੇਜ ਉਹ ਗਲਤ ਹੈ ਜੀ। 28 ਕਰੋੜ ਰੁਪਏ ਸੀ ਜੀ, 28 ਕਰੋੜ ਦੇ ਵਿੱਚੋਂ 18 ਕਰੋੜ ਖਰਚ ਹੋ ਗਿਆ, 10 ਕਰੋੜ ਪੈਂਡਿੰਗ ਪਿਆ ਸੀ। ਉੱਥੇ ਜਿਹੜਾ ਆ ਫੋਰੈਸਟ ਦੀ ਜਗ੍ਹਾ ਪੈਂਦੀ ਆ, ਉਹਦੀ ਮਨਜ਼ੂਰੀ ਨਹੀਂ ਸੀ ਜੀ। ਜੇਕਰ ਅਸੀਂ ਉੱਥੇ ਇੱਕ ਦਾਤਣ ਵੀ ਤੋੜ ਲਈਏ ਤਾਂ ਕਹਿਣਗੇ ਦਰਖਤ ਉਜਾੜ ਦਿੱਤੇ, ਅਸੀਂ ਇੱਕ ਉੱਥੇ ਪੱਥਰ ਵੀ ਸਾਈਡ ਨੂੰ ਕਰਦੇ ਕਹਿਣਗੇ ਮਾਈਨਿੰਗ ਕਰ ਲਈ। ਬਾਬਾ ਜੀ ਨੇ ਤਾਂ ਪਹਿਲਾਂ ਵੀ ਬੜੀ ਸੇਵਾ ਕੀਤੀ ਹੈ, ਬਾਬਾ ਜੀ ਨੇ ਕਿੰਨੇ ਪੁਲ ਬਣਾਏ ਆ, ਕਿੰਨੀਆਂ ਸੜਕਾਂ ਬਣਾਈਆਂ। ਕਹਿਣ ਦਾ ਭਾਵ ਜੇਕਰ ਉਹਨਾਂ ਨੇ ਹੁਣ ਪਹਾੜ ਚੱਕ ਦਿੱਤੇ, ਇੱਥੋਂ ਸੜਕ ਦੀ ਸਫਾਈ ਕਰ ਦਿੱਤੀ ਤੇ ਕਿਸੇ ਨੇ ਚੋਅ ਨਹੀਂ ਕੀਤੀ, ਸਗੇ ਸਾਰੇ ਨਾਲ ਲੱਗ ਜਾਂਦੇ। ਜੇ ਸਰਕਾਰ ਕੋਈ ਇੱਦਾਂ ਦਾ ਕੰਮ ਕਰ ਦਿੰਦੀ ਬਿਨਾਂ ਮਨਜ਼ੂਰੀ ਲਏ ਤਾਂ ਉਹਦਾ ਇਸ਼ੂ ਬਣਨਾ ਸੀ। ਜਿਹੜਾ 10 ਕਰੋੜ ਰੁਪਇਆ ਰਹਿੰਦਾ ਸੀ ਉਹਦੇ ਨਾਲ ਸੜਕ ਬਣ ਰਹੀ ਹੈ, ਬਾਬਾ ਜੀ ਵੀ ਮਿਲੇ, ਉਹਨਾਂ ਦਾ ਆਸ਼ੀਰਵਾਦ ਹੈ ਔਰ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਅੱਗੇ ਚੱਲਣਾ। ਜੇਕਰ ਸਰਕਾਰ ਵੀ ਹੈ ਤਾਂ ਵੀ
ਗੁਰੂ ਮਹਾਰਾਜ ਦੇ ਆਸ਼ੀਰਵਾਦ ਨਾਲ ਇਹ ਸਾਰਾ ਕੁਛ ਆ। ਆਪਾਂ ਇਹ ਨਹੀਂ ਕਹਿ ਰਹੇ, ਆਪਾਂ ਇਹ ਕਹਿ ਰਹੇ ਕਿ ਉਹ ਪੈਸੇ ਮਨਜ਼ੂਰ ਸੀ ਪਰ ਪਰਮਿਸ਼ਨ ਨਹੀਂ ਸੀ ਪਹਾੜ ਜਿੱਥੋਂ ਚੁੱਕਣ ਦੀ। ਬਾਬਾ ਜੀ ਨੂੰ ਹੁਣ ਕਿਸੇ ਨੇ ਨਾ ਤਾਂ ਸਰਕਾਰ ਨੇ ਨਾ ਹੀ ਜਿਹੜੀ ਸੰਗਤ ਹੈ, ਕਿਉਂਕਿ ਜਿਹੜੇ ਸੰਗਤ ਵਿੱਚੋਂ ਵੀ ਕਈ ਤਰ੍ਹਾਂ ਦੇ ਜਿਹੜੇ ਹੈਗੇ ਆ ਉਹ ਵਿੱਚੋਂ ਆ ਜਾਂਦੇ ਕਿ ਜੀ ਇਹ ਮਾਈਨਿੰਗ ਹੋਣ ਲੱਗ ਪਈ, ਇੱਥੇ ਦਰਖਤ ਪੜ ਦਿੱਤੇ ਜੀ, ਆਹ ਕਰ ਦਿੱਤਾ ਜੀ, ਕਿਉਂਕਿ ਜੇ ਸੜਕ ਬਣਨੀ ਹੈ ਤਾਂ ਦਰਖਤ ਵੀ ਚੁੱਕੇ ਜਾਣੇ ਸੀ ਉੱਥੋਂ, ਪਹਾੜ ਵੀ ਚੁੱਕੇ ਜਾਣੇ ਸੀ, ਉਹ ਸਾਰੇ ਬਾਬਾ ਜੀ ਦੀ ਕਿਰਪਾ ਨਾਲ ਹੋ ਗਏ ਆ। ਮੇਰੇ ਕਹਿਣ ਦਾ ਭਾਵ ਕੀ ਹੈ ਕਿ ਜਿੰਨੇ ਪੈਸੇ ਆਏ ਸੀ ਉਹ ਸਾਰੇ ਆਪਾਂ ਲਾ ਦਿੱਤੇ ਆ। 10 ਕਰੋੜ ਰੁਪਇਆ ਰਹਿੰਦਾ ਸੀ, ਸਿਰਫ ਪਰਮਿਸ਼ਨ ਨਹੀਂ ਸੀ, ਉਹ ਪਰਮਿਸ਼ਨ ਹੁਣ ਦੇ ਦਿੱਤੀ ਹੈ ਬਾਬਾ ਜੀ ਨਾਲ। ਅਸੀਂ ਹੁਣ ਥੋੜ੍ਹੇ ਦਿਨ ਪਹਿਲਾਂ ਵੀ ਬੈਂਸ ਸਾਹਿਬ ਵੀ ਸੀਗੇ, ਮੈਂ ਵੀ ਸੀਗਾ, 78 ਦੇ ਵਿੱਚ ਅਸੀਂ ਮੀਟਿੰਗ ਵੀ ਕੀਤੀ ਹੈ। ਬਾਬਾ ਜੀ ਦਾ ਸੁਪਨਾ ਕਿ ਉਹਨੂੰ ਆਪਾਂ ਜਿਹੜੀ ਹੈ ਬਹੁਤ ਹੀ ਵੱਡੀ 35 ਫੁੱਟ ਨਹੀਂ 35 ਫੁੱਟ ਉਹ 2135 ਫੁੱਟ ਅੱਛਾ ਆ, ਕੋਈ 150-200 ਫੁੱਟ ਸੜਕ ਦੀ ਕੋਈ ਪ੍ਰਪੋਜ਼ਲ ਉਹਨਾਂ ਨੇ ਬਣਾਈ ਹੈ ਕਿ ਆਪਾਂ ਨੂੰ ਜਿਹੜਾ ਆ, ਕਿਉਂਕਿ ਸਿੰਘਪੁਰ ਤੋਂ ਲੈ ਕੇ ਜੀ ਜਿਹੜਾ ਗੇਟ ਆ ਉਹ ਤੋਂ ਲੈ ਕੇ ਕਾਨਪੁਰ ਕੋਈ ਜਿੱਥੇ ਹਰੋ ਦਾ ਪਾਓ ਜੀ, ਹਰੋ ਦਾ ਪਾਓ ਉਹ 8-10 ਕਿਲੋਮੀਟਰ ਦੀ ਸੜਕ ਦਾ ਇੱਕ ਪ੍ਰਪੋਜ਼ਲ ਉਹਨਾਂ ਨੇ ਰੱਖੀ ਹੈ ਕਿ ਇਹਨੂੰ ਅਸੀਂ ਜਿਹੜਾ ਆ 6 ਲਾਈਨ ਜਾਂ 8 ਲਾਈਨ ਜਿਹੜੀ ਉਹ ਬਣਾਉਣ ਦੀ ਪ੍ਰਪੋਜ਼ਲ ਕਹਿੰਦੇ ਆ, 35 ਫੁੱਟ ਇੱਧਰ 35 ਫੁੱਟ ਇੱਧਰ, ਫਿਰ ਵਿੱਚ 10 ਫੁੱਟ ਬੂਟਿਆਂ ਨੂੰ ਉੱਠੇ ਹੋਏ ਇੱਧਰ ਸਰਵਿਸ ਲਾਈਨ ਦੀ ਗੱਲ ਕੀਤੀ ਹੈ, ਫਿਰ ਉਹਨਾਂ ਨੇ ਛੱਪੜਾਂ ਦੇ ਵਿੱਚ ਰੀਚਾਰਜ ਕਰਨ ਦੀ ਗੱਲ ਕੀਤੀ ਹੈ, ਫਿਰ ਜਿਹੜੇ ਪੁਰਾਣੇ ਜਿਹੜੇ ਗੁਰਬਾਣੀ ਦੇ ਵਿੱਚ ਦਰਖਤਾਂ ਦਾ ਜ਼ਿਕਰ ਆਉਂਦਾ ਉਹ ਦਰਖਤ ਲਗਾਉਣ ਦੀ ਗੱਲ ਕੀਤੀ ਹੈ। ਬਾਬਾ ਜੀ ਨਾਲ ਬੜੀ ਡਿਸਕਸ਼ਨ ਹੋਈ ਹੈ ਔਰ ਸਾਡੀ ਕੋਸ਼ਿਸ਼ ਹੈ ਕਿ ਜੋ ਬਾਬਾ ਜੀ ਦਾ ਸੁਪਨਾ ਹੈ ਉਹ ਸਾਡਾ ਅਸੀਂ ਪੂਰਾ ਕਰ ਸਕੀਏ। 7.5 ਸਾਲ ਹੋ ਗਏ ਤੁਹਾਨੂੰ ਗੜਸ਼ੰਕਰ ਦੀ ਬਾਗਡੋਰ, ਗੜਸ਼ੰਕਰ ਹਲਕੇ ਦੀ ਬਾਗਡੋਰ ਸੰਭਾਲਦਿਆਂ ਨੂੰ। ਬਹੁਤਾ ਸਕੂਲਾਂ ਦੇ ਵਿੱਚ ਜਾਂ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ ਸੁਧਾਰ ਦੇਖਣ ਨੂੰ ਨਹੀਂ ਮਿਲਿਆ, ਹਸਪਤਾਲਾਂ ਦੇ ਵਿੱਚ ਜਿਹੜਾ ਸਿਵਲ ਹਸਪਤਾਲ ਗੜਸ਼ੰਕਰ ਹੈ ਉਹਦੇ ਵਿੱਚ ਬਹੁਤਾ ਸੁਧਾਰ ਦੇਖਣ ਨੂੰ ਨਹੀਂ ਮਿਲਿਆ। ਅੱਜ ਮੈਂ ਸਰਵੇ ਕਰਕੇ ਆਇਆ, ਮੈਂ ਚਾਹੁੰਦਾ ਸੀ ਜਿਹੜੀ ਮੈਂ ਗੱਲ ਸ਼ੁਰੂ ਕੀਤੀ ਸੀ ਵਿੱਚ ਤੁਸੀਂ ਟੋਕ ਦਿੱਤੀ ਜੀ ਜੀ, ਜਿਹੜੇ 68 ਟਿਊਬਵੈੱਲ ਆ ਜੀ ਸਰਕਾਰੀ ਜਿਹੜੇ ਆ, ਜਿਹੜੇ ਪਿਛਲੇ 5 ਸਾਲ ਸਰਕਾਰ ਕਾਂਗਰਸ ਦੀ ਰਹੀ ਆ, ਅਸੀਂ ਆਵਾਜ਼ ਬੜੀ ਚੁੱਕੀ ਜੀ, ਇੱਕ ਤਾਰ ਨਹੀਂ ਪਾਈ ਕਿਸੇ ਸਰਕਾਰ ਦੇ ਬੰਦੇ ਨੇ, ਇੱਕ ਸਟਾਰਟਰ ਨਹੀਂ ਪਾਇਆ ਜੀ, ਅਸੀਂ 24 ਦੇ 24 ਟਿਊਬਵੈੱਲ ਨਵੇਂ ਲਗਾ ਦਿੱਤੇ, 68 ਟਿਊਬਵੈੱਲ ਮਨਜ਼ੂਰ ਨੇ, ਉਹ ਬਾਕੀ ਟਿਊਬਵੈੱਲ ਲਗਾਉਣੇ ਸ਼ੁਰੂ ਕਰਨ ਲੱਗੇ ਆ ਜੀ। ਪੀਣ ਵਾਲੇ ਪਾਣੀ ਦੀ ਗੱਲ ਜੀ, ਪੀਣ ਵਾਲੇ ਪਾਣੀ ਦੀ ਅਲੱਗ, ਇਕੱਲੇ ਪਿੰਡ ਭਾਵੇਂ ਤੁਸੀਂ ਮੇਘਵਾਲ ਦੇਖ ਸਕਦੇ ਹੋ, ਹੋਰ ਕਈ ਪਿੰਡਾਂ ਦੇ ਵਿੱਚ ਜਿਹੜੇ ਪੀਣ ਵਾਲੇ ਪਾਣੀ ਦੇ ਟਿਊਬਵੈੱਲਾਂ ਦੀ ਜਿਹੜੀ ਗੱਲ ਹੈ ਉਹ ਮਨਜ਼ੂਰ ਕਰਦੇ ਆ। 8 ਆਮ ਆਦਮੀ ਕਲੀਨਿਕ ਵਿੱਚੋਂ 3 ਜਿਹੜੇ ਆਪਾਂ ਬੀਤ ਏਰੀਏ ਵਿੱਚ ਬਣਾਉਣ, ਇੱਕ ਖੁਰਾਲਗੜ੍ਹ ਸਾਹਿਬ, ਇੱਕ ਹੈਬੋਲ, ਇੱਕ ਹੋਰ ਉੱਥੇ ਬਣਾਉਣ ਲੱਗੇ ਹਾਂ। ਇਹਦੇ ਨਾਲ ਬਸਿਆਲੇ ਦੇ ਵਿੱਚ ਆਮ ਆਦਮੀ ਕਲੀਨਿਕ, ਹੋਰ ਬਾਕੀ ਵੀ ਜਿਹੜਾ ਆ ਮਾਲਪੁਰ ਦੇ ਵਿੱਚ ਵੀ ਆਮ ਆਦਮੀ ਕਲੀਨਿਕ ਜਿਹੜਾ ਸ਼ੁਰੂ ਕਰ ਚੁੱਕੇ ਹਾਂ। ਸੀਵਰੇਜ ਦੀ ਗੱਲ ਜੀ, ਗੜਸ਼ੰਕਰ ਔਰ ਮਾਲਪੁਰ ਪਿਛਲੀਆਂ ਸਰਕਾਰਾਂ ਨੇ ਕੀ ਕੀਤਾ ਕਿ ਜਦੋਂ ਜਾਣ ਲੱਗਦੀਆਂ ਸੀ ਉਦੋਂ ਥੋੜਾ ਟੋਇਆ ਜਿਹਾ ਪੁੱਟ ਕੇ ਸੁੱਟ ਦਿੰਦੇ ਸੀ, ਹਜੇ ਸਰਕਾਰ ਦੇ 3 ਸਾਲ ਬਾਕੀ ਪਏ ਆ। ਮਾਲਪੁਰ ਦੇ ਵਿੱਚ ਸੀਵਰੇਜ ਦਾ ਕੰਮ ਸ਼ੁਰੂ ਹੈ, ਗੜਸ਼ੰਕਰ ਦੇ ਵਿੱਚ ਸੀਵਰੇਜ ਦੇ ਕੰਮ ਦਾ ਸੀ ਜਿਹੜਾ ਪੈਂਡਿੰਗ ਪਿਆ ਸੀ ਉਹ ਉਦਘਾਟਨ ਕਰ ਚੁੱਕੇ ਹਾਂ। ਮਾਲਪੁਰ ਦੇ ਵਿੱਚ ਟ੍ਰੀਟਮੈਂਟ ਪਲਾਂਟ ਲਈ ਜ਼ਮੀਨ ਦੀ ਰਜਿਸਟਰੀ ਕਰਾ ਚੁੱਕੇ ਹਾਂ, ਟ੍ਰੀਟਮੈਂਟ ਪਲਾਂਟ ਸ਼ੁਰੂ ਕਰਾਉਣ ਲੱਗੇ ਹਾਂ। ਸਰਕਾਰ ਬਣਦੇ ਸਰ, ਕਿਉਂਕਿ 2016 ਦੇ ਵਿੱਚ ਗੜਸ਼ੰਕਰ ਸੀਵਰੇਜ ਪੁੱਟਿਆ ਅਤੇ 2024 ਆ ਗਿਆ ਜੀ, ਅਤੇ ਅੱਜ ਤੱਕ ਜਿੰਨੀਆਂ ਸਰਕਾਰਾਂ ਰਹੀਆਂ ਨੇ ਉਹਨਾਂ ਨੇ ਟ੍ਰੀਟਮੈਂਟ ਪਲਾਂਟ ਹੀ ਨਹੀਂ ਲਾਇਆ, ਸੀਵਰੇਜ ਦਾ ਪੈ ਗਿਆ, ਸੀਵਰੇਜ ਦਾ ਪਾਣੀ ਕਿੱਥੇ ਜਾਣਾ। 5.5 ਕਰੋੜ ਰੁਪਏ ਦੇ ਨਾਲ ਟ੍ਰੀਟਮੈਂਟ ਪਲਾਂਟ ਬਿਲਕੁਲ ਤਿਆਰ ਬੈਠਾ, ਅਸੀਂ ਉਹਦੀ ਹੁਣ ਜਿਹੜਾ ਉਦਘਾਟਨ ਕਰਨ ਜਾ ਰਹੇ ਹਾਂ। ਸ਼ੁਰੂ ਨਹੀਂ ਪਰ ਕਰਵਾਇਆ, ਸ਼ੁਰੂ ਕਰਾਂਗੇ ਹੁਣ ਕੰਮ ਜਦੋਂ ਕੰਪਲੀਟ ਹੋ ਗਿਆ। ਬਜਟ ਤਾਂ ਪਾਸ ਹੋ ਗਿਆ ਸੀਵਰੇਜ, ਬਜਟ ਨਹੀਂ ਪਾਸ ਹੋ ਗਿਆ, ਤੁਸੀਂ ਪੱਤਰਕਾਰ ਹੋ ਭਾਈ ਸਾਹਿਬ, ਹੁਣ ਜਦੋਂ ਪੈਸੇ ਉਹਨੂੰ ਲੈ ਦੇਤੇ ਆ, ਠੇਕੇਦਾਰ ਉੱਥੇ ਕੰਮ ਕਰ ਰਿਹਾ, ਜਦੋਂ ਕੰਮ ਆਪਣਾ ਫਿਨਿਸ਼ਿੰਗ ਕਰ ਦੂਗਾ ਉਦੋਂ ਆਪਾਂ ਉਦਘਾਟਨ ਕਰਾਂਗੇ। ਕੰਮ ਚੱਲਦਾ ਪਿਆ, ਪੇਮੈਂਟ ਉਹਦੀ ਹੋ ਗਈ ਆ ਜੀ, ਪਾਰਟ ਪੇਮੈਂਟ ਹੁੰਦੀ ਹੈ, ਜਿੰਨਾ 5.5 ਕਰੋੜ ਦਾ ਬਜਟ ਸੀ, ਜੇਕਰ 1 ਕਰੋੜ ਰੁਪਇਆ ਪਹਿਲਾਂ ਦੇਣਾ ਉਹ ਕੰਮ ਹੋ ਗਿਆ ਤੇ ਅਗਲੀ ਪੇਮੈਂਟ ਫਿਰ ਆਣੀ ਜੀ। ਮੇਰੇ ਕਹਿਣ ਦਾ ਭਾਵ ਕੀ ਸੀ, ਗੜਸ਼ੰਕਰ ਦੇ ਵਿੱਚ ਤੁਸੀਂ ਹਸਪਤਾਲ ਦੀ ਗੱਲ ਕਰਦੇ ਹੋ, ਹਸਪਤਾਲ ਦੇ ਵਿੱਚ ਅੱਜ ਵੀ ਤੁਸੀਂ ਕਹਿ ਰਹੇ ਹੋ ਕਿ ਡਾਕਟਰਾਂ ਦੀ ਘਾਟ ਜ਼ਰੂਰ ਹੈ, ਮੈਂ ਨਹੀਂ ਕਹਿੰਦਾ ਕਿ ਪੂਰੀ ਹੋ ਗਈ, ਇਹ ਇਕੱਲੇ ਗੜਸ਼ੰਕਰ ਦੀ ਗੱਲ ਨਹੀਂ, ਪੂਰੇ ਪੰਜਾਬ ਦੀ ਗੱਲ ਹੈ। ਜਿਹੜਾ ਬੱਚਾ ਸਾਡਾ MBBS ਕਰਕੇ ਹਟਦਾ ਉਹ ਸਿੱਧਾ ਕੈਨੇਡਾ ਜੀ, ਕਿਉਂਕਿ ਪੰਜਾਬ ਦੇ ਵਿੱਚ ਅੱਜ ਤੱਕ ਮੈਡੀਕਲ ਕਾਲਜ ਕਿੰਨੇ ਆ ਤੁਸੀਂ ਦੱਸੋ? 3 ਨੇ, 3 ਜੀ, ਫਰੀਦਕੋਟ ਹੈ, ਅੰਮ੍ਰਿਤਸਰ ਹੈ ਤੇ ਪਟਿਆਲੇ ਆ ਜੀ। 70-75 ਸਾਲਾਂ ਦੇ ਵਿੱਚ ਇੱਕ ਮੈਡੀਕਲ ਕਾਲਜ ਵੀ ਜਿਹੜੀ ਹੈ
ਸਰਕਾਰ ਵਧਾ ਨਹੀਂ ਸਕੀ। ਤਿੰਨ ਮੈਡੀਕਲ ਕਾਲਜ 70 ਸਾਲਾਂ ਚ, ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਹੁਸ਼ਿਆਰਪੁਰ ਦੇ ਵਿੱਚ ਮੈਡੀਕਲ ਕਾਲਜ ਦੀ ਗੱਲ ਕੀਤੀ ਹੈ, ਕਿਉਂਕਿ ਮੈਡੀਕਲ ਕਾਲਜ ਹੋਣਗੇ ਉੱਥੇ ਸੀਟਾਂ ਹੋਣਗੀਆਂ, ਬੱਚੇ ਉੱਥੇ ਡਾਕਟਰ ਬਣਨਗੇ, ਪੜ੍ਹਨਗੇ ਤਦੇ ਡਾਕਟਰ ਆਣਗੇ। ਹੁਣ ਡਾਕਟਰ ਨਾ ਤਾਂ ਮੈਂ ਆਪਣੇ ਕਰਾਉਣਾ, ਤੁਸੀਂ ਦੇਣਾ, ਜੇ ਡਾਕਟਰ ਸਰਕਾਰ ਭਰਤੀ ਖੋਲਦੀ ਬੱਚਾ ਭਰਤੀ ਹੋਊਗਾ। ਹਾਊਸ ਸਰਜਨ ਸਾਡੇ ਜਿੰਨੇ MBBS ਦੇ ਸੀਗੇ ਬੱਚੇ ਨੂੰ ਜੋਬ ਮਿਲੀ ਆ, ਔਰ ਲਗਭਗ ਸਾਡੇ ਗੜ੍ਹ ਸ਼ੰਕਰ ਦੇ ਵਿੱਚ ਜਿੰਨੇ ਫੁੱਟਬਾਲ ਦੀ ਗੱਲ ਕਰਦੇ ਹਾਂ, ਸਾਡੇ ਬੱਚੇ ਜਿਹੜੇ ਆ ਗੜ੍ਹ ਸ਼ੰਕਰ ਸੀਨੀਅਰ ਸੈਕੰਡਰੀ ਸਕੂਲ ਹੈ, ਸਾਡੇ ਖਾਲਸਾ ਕਾਲਜ ਹੈ, ਮਾਲਪੁਰ ਖਾਲਸਾ ਕਾਲਜ ਹੈ, ਇਹਨਾਂ ਦੀਆਂ ਗਰਾਊਂਡਾਂ ਦੇ ਲਈ ਸਪੈਸ਼ਲ ਫੰਡ ਜਿਹੜੇ ਸਪੈਸ਼ਲ ਦਿੱਤੇ ਗਏ ਗੜ੍ਹ ਸ਼ੰਕਰ ਵਾਲੀ ਸੀਨੀਅਰ ਸੈਕੰਡਰੀ ਸਕੂਲ ਨੂੰ ਦੇਵਾਂਗੇ ਆਪਾਂ। ਸਾਡੇ ਜਿਹੜੀ ਗੜ੍ਹ ਸ਼ੰਕਰ ਖਾਲਸਾ ਕਾਲਜ ਗਰਾਊਂਡ ਹੈ, ਉਹਦੇ ਵਿੱਚ 10 ਲੱਖ ਰੁਪਏ ਦੇ ਨਾਲ ਫੁਹਾਰਾ ਸਿਸਟਮ ਲਵਾਇਆ ਗਿਆ ਕਿ ਗਰਾਊਂਡ ਬੱਚਿਆਂ ਨੂੰ ਜਿਹੜਾ ਸਪੋਰਟਸ ਦੇ ਨਾਲ ਜੋੜਿਆ ਜਾਵੇ। ਕਹਿਣ ਦਾ ਭਾਵ ਜਿੰਨੇ ਵੀ ਕੰਮ ਅੱਜ ਤੁਹਾਡਾ ਤੁਸੀਂ ਮੇਰੇ ਦਫ਼ਤਰ ਆ ਕੇ ਦੇਖ ਸਕਦੇ ਹੋ, ਸਵੇਰ ਦੇ ਟਾਈਮ, ਸ਼ਾਮ ਨੂੰ ਵੀ ਆਓ ਕਦੀ, ਤੇ ਜਿੰਨੇ ਲੋਕ ਆਉਂਦੇ ਆ ਕੋਈ ਆਪਾਂ ਕਦੀ ਖਾਲੀ ਨਹੀਂ ਮੁੜਿਆ ਜਿਹੜਾ ਸਾਡੇ ਕੋਲ ਅੱਜ ਤੱਕ ਕਿਸੇ ਕੰਮ ਨੂੰ ਆਇਆ। ਜੀ, ਮੈਂ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਤੁਹਾਡਾ ਦੂਜੀ ਵਾਰ ਤੁਸੀਂ ਵਿਧਾਇਕ ਬਣੇ ਹੋ ਇੱਥੋਂ, ਬਾਈਪਾਸ ਦੀ ਗੱਲ ਪਿਛਲੇ ਕਾਫੀ ਲੰਬੇ ਅਰਸੇ ਤੋਂ ਚੱਲਦੀ ਆ ਰਹੀ ਹੈ, ਬਾਈਪਾਸ ਦਾ ਮੁੱਦਾ ਗੜ੍ਹ ਸ਼ੰਕਰ ਕਿੱਥੇ ਖੜਾ ਜੀ? ਕਈ 21 ਪਾਸ ਹੋ ਗਏ, ਕੋਈ 22 ਪਾਸ ਹੋ ਗਿਆ, ਕੋਈ 23 ਪਾਸ ਹੋ ਗਿਆ, ਕੋਈ 24 ਪਾਸ ਹੋ ਗਿਆ, ਪਰ ਗੜ੍ਹ ਸ਼ੰਕਰ ਬਾਈਪਾਸ ਕਿਸੇ ਨੇ ਬਣਾਇਆ ਜੀ? ਜੇ ਇਹ ਬਣਾਇਆ ਨਾ ਤਾਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਹਿੱਸੇ ਹੀ ਆਉਣਾ ਜੀ। ਜਦੋਂ ਗੜ੍ਹ ਸ਼ੰਕਰ ਪਹਿਲੀ ਵਾਰ ਆਏ ਆ ਸਿੰਬਲੀ ਪਿੰਡ ਦੇ ਵਿੱਚ ਜੀ, ਉਸ ਦਿਨ ਸਾਡੀ ਇੱਕੋ ਹੀ ਮੰਗ ਸੀ ਕਿ ਤੁਸੀਂ ਜਿਹੜਾ ਸਾਨੂੰ ਗੜ੍ਹ ਸ਼ੰਕਰ ਦਾ ਬਾਈਪਾਸ ਦੇ ਕੇ ਜਾਓ, ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਹਾਂ ਕਰ ਦਿੱਤੀ ਆ, ਇਹਦਾ ਸਰਵੇ ਚੱਲ ਰਿਹਾ, ਇਹਦਾ ਜਿਹੜੀਆਂ ਗਰਾਊਂਡ ਦੀ ਰਿਪੋਰਟ ਲਈ ਜਾ ਰਹੀ ਵੀ ਕਿੰਨੀ ਜ਼ਮੀਨ ਕਿੱਥੋਂ ਅਕਵਾਇਰ ਹੋਣੀ ਹੈ, ਕਿਵੇਂ ਰੇਲਵੇ ਲਾਈਨ ਵੀ ਰਸਤੇ ਵਿੱਚ ਆਉਂਦੀ ਹੈ, ਇਹਦੀ ਪ੍ਰਪੋਜ਼ਲ ਵੀ ਭੇਜਣੀ ਹੈ, ਬਹੁਤ ਜਲਦ ਜਿਹੜਾ ਆ ਬਾਈਪਾਸ ਬਣਨਾ ਸ਼ੁਰੂ ਹੋਊਗਾ, ਗੜ੍ਹ ਸ਼ੰਕਰ ਬਾਈਪਾਸ ਲੋਕਾਂ ਨੂੰ ਮਿਲ ਜਾਊਗਾ। ਬਿਲਕੁਲ ਮਿਲੂਗਾ, ਉਹਦੇ ਨਾਲ ਇਸੇ ਟਰਨ ਦੇ ਵਿੱਚ ਦੇਵਾਂਗੇ, ਬਿਲਕੁਲ 2027 ਦੇ ਟਰਨ ਦੇ ਵਿੱਚ ਵਿੱਚ ਦੇਵਾਂਗੇ। ਤੁਸੀਂ ਟੂਲਾਂ ਦੀ ਗੱਲ ਕੀਤੀ ਵੀ ਇੰਨੇ ਅਸੀਂ ਟੂਲ ਲਗਾ ਦਿੱਤੇ ਨੇ, ਇੰਨੇ ਅਸੀਂ ਬੋਰ ਕਰਵਾ ਦਿੱਤੇ ਨੇ, ਗੜ੍ਹ ਸ਼ੰਕਰ ਦੇ ਬਹੁਤ ਸਾਰੇ 10 ਤੋਂ ਵੱਧ ਮੁਹੱਲੇ ਹੋ ਸਕਦੇ ਨੇ ਜਿਹੜਾ ਜਿੱਥੇ ਪਾਣੀ ਨਹੀਂ ਆ ਰਿਹਾ, ਲੋਕਾਂ ਦੀਆਂ ਇਹ ਮਤਲਬ ਕਾਫੀ ਇਹ ਜਿਹੜੀਆਂ ਸ਼ਿਕਾਇਤਾਂ ਨੇ ਕਿ ਸਾਨੂੰ ਪਾਣੀ ਨਹੀਂ ਮਿਲ ਰਿਹਾ, ਪਾਣੀ ਨਹੀਂ ਮਿਲ ਰਿਹਾ। ਪਾਣੀ ਦੀ ਇਸ਼ੂ ਇਹੀ ਹੈ ਨਾ, ਹੁਣ ਆਪਾਂ ਵਾਰ ਵਾਰ ਉਹਨਾਂ ਨੂੰ ਰੋਈ ਜਾਈਏ ਪਿਛਲੀਆਂ ਸਰਕਾਰਾਂ ਨੂੰ, ਤੁਸੀਂ ਮੈਨੂੰ ਇਹ ਦੱਸੋ ਜਿਹੜਾ ਸਾਡਾ ਨਹਿਰ ਵਾਲਾ ਇਲਾਕਾ ਆ ਜਾਂ ਬਿਜਲੀ ਘਰ ਦੇ ਕੋਲ ਆਨੰਦ ਨਗਰ ਵਾਲਾ ਇਲਾਕਾ ਆ ਜਾਂ ਨੰਗਰ ਰੋਡ ਦੇ ਉੱਤੇ ਪਾਲੇ ਵਾਲੀ ਸਾਈਡ ਜਿਹੜੀ ਹੈਗੀ ਆ, ਇਹ ਮਿਊਨਸੀਪਲ ਕਮੇਟੀ ਦੇ ਅੰਦਰ ਹੀ ਨੇ, ਹਦੂਦ ਦੇ ਅੰਦਰ ਹੀ ਨਹੀਂ ਸੀ, ਤੇ ਪਾਈਪਲਾਈਨ ਹੀ ਹੈ ਨਹੀਂ, ਪਾਣੀ ਕਿੱਥੋਂ ਆਉਣਾ? ਸਾਡੀ ਸਰਕਾਰ ਬਣਦੇ ਸਾਰ ਅਸੀਂ ਸਭ ਤੋਂ ਪਹਿਲਾਂ ਹਦੂਦ ਦੇ ਅੰਦਰ ਲੈ ਕੇ ਆਏ ਹਾਂ। ਹੁਣ ਪਿਛਲੇ ਹਫ਼ਤੇ 22 ਲੱਖ ਰੁਪਏ ਦੇ ਨਾਲ ਅਸੀਂ ਆਨੰਦ ਨਗਰ ਦੇ ਵਿੱਚ ਕੰਮ ਸ਼ੁਰੂ ਕਰਾਇਆ, ਬਾਕੀ ਟੈਂਡਰ ਲੱਗ ਚੁੱਕੇ ਆ, ਕੰਮ ਜਿਹੜੇ ਬਹੁਤ ਜਲਦੀ ਜਿਹੜੇ, ਜਿੱਥੇ ਅੱਜ ਤੱਕ ਪਾਈਪਲਾਈਨ ਹੀ ਨਹੀਂ ਪਾ ਸਕੀ, ਵਾਟਰ ਸਪਲਾਈ ਹੀ ਨਹੀਂ ਪਾ ਸਕੀਆਂ ਸਰਕਾਰਾਂ, ਤੇ ਸਾਡੀ ਸਰਕਾਰ ਬਣਦੇ ਸਾਰ ਸਭ ਤੋਂ ਪਹਿਲਾਂ ਜਿਹੜਾ ਅਸੀਂ ਹਦੂਦ ਦੇ ਅੰਦਰ ਲੈ ਕੇ ਆਏ, ਹਦੂਦ ਦੇ ਅੰਦਰ ਲੈ ਕੇ ਫਿਰ ਹੁਣ ਉਹਨਾਂ ਦੇ ਬਜਟ ਪਾਸ ਕਰਕੇ ਪੈਸੇ ਕਰਾ ਕੇ ਟੈਂਡਰ ਲੱਗੇ, ਕੰਮ ਸ਼ੁਰੂ ਹੋ ਜਾਏ। ਹਦੂਦ ਦੀ ਗੱਲ ਤੁਸੀਂ ਕੀਤੀ ਹੈ ਕਿ ਮਿਊਨਸੀਪਲ ਕਮੇਟੀ ਦੇ ਅੰਡਰ ਨਹੀਂ ਸੀ, ਹੈ ਨਾ, ਅਤੇ ਹੁਣ ਤੁਸੀਂ ਉਹਨਾਂ ਨੂੰ ਵਿਚਕਾਰ ਲਿਆਂਦਾ ਆ, ਗੜ੍ਹ ਸ਼ੰਕਰ ਐਕਸਪੈਂਡ ਹੋ ਰਿਹਾ, ਵੱਧ ਰਿਹਾ, ਦੁਬਾਰਾ ਵਾਰਡਬੰਦੀ ਕਰਵਾਉਣੀ ਸੋਚ ਰਹੇ ਕਿ ਨਹੀਂ ਸੋਚ ਰਹੇ? ਵਾਰਡਬੰਦੀ ਜਦੋਂ ਇਲੈਕਸ਼ਨ ਆਊਗਾ ਉਦੋਂ ਹੁੰਦੀ ਹੈ, ਅੱਜ ਦਾ ਇਲੈਕਸ਼ਨ ਨੂੰ 1.5 ਸਾਲ ਪਿਆ, ਜੇਕਰ ਪਾਪੂਲੇਸ਼ਨ ਦੇ ਅਕੋਰਡਿੰਗ ਹੋਊਗਾ, ਜਿਵੇਂ ਪਾਪੂਲੇਸ਼ਨ ਵੱਧਦੀ ਹੈ ਜਾਂ ਹੋਰ ਸਿਸਟਮ ਹੁੰਦਾ, ਵਾਰਡਬੰਦੀ ਤਾਂ ਹੋਣੀ ਹੈ, ਇਲੈਕਸ਼ਨ ਦੇ ਨੇੜੇ ਜਾ ਕੇ ਹੁੰਦੀ, ਇਲੈਕਸ਼ਨ ਦੇ ਨੇੜੇ ਜਾ ਕੇ ਕਰੋਗੇ, ਆਮ ਆਦਮੀ ਲੋਕਾਂ ਨੂੰ ਜਿਹੜੇ ਗੜ੍ਹ ਸ਼ੰਕਰ ਹਲਕੇ ਦੇ ਜਿਹੜੇ ਲੋਕ ਨੇ ਕੀ ਉਮੀਦਾਂ ਰੱਖਦੇ ਨੇ ਤੁਹਾਡੇ ਕੋਲ? ਲੋਕਾਂ ਨੂੰ ਜਿੱਦਾਂ ਦੀ ਵੀ ਕਿਸੇ ਨੂੰ ਉਮੀਦ ਹੈ, ਅਲੱਗ ਅਲੱਗ ਬੰਦੇ ਦੀ ਅਲੱਗ ਅਲੱਗ ਮੰਗ ਹੈ, ਸਾਡੀ ਕੋਸ਼ਿਸ਼ ਹੈ ਜਿਹੜਾ ਸਾਡੇ ਕੋਲ ਆਇਆ ਅਸੀਂ ਉਹਦਾ ਖਿੜੇ ਮੱਥੇ ਪਹਿਲਾਂ ਤਾਂ ਸਵਾਗਤ ਕਰੀਏ, ਉਹਨੂੰ ਪੁੱਛੀਏ ਭਾਈ ਬੈਠ ਤੇਰਾ ਕੰਮ ਕੀ ਹੈ, ਸੁਣਨ ਦੇ ਨਾਲ ਇਹਦਾ ਮਸਲੇ ਦਾ ਹੱਲ ਅਗਲੇ ਦਾ ਹੋ ਜਾਂਦਾ। ਔਰ ਤੁਸੀਂ ਮੇਰੇ ਕੋਲ ਆ ਸਕਦੇ ਹੋ ਕਿਸੇ ਵੀ ਟਾਈਮ, ਦੇਖ ਲਓ ਜਿਹੜਾ ਮੇਰੇ ਕੋਲ ਕਦੀ ਆਇਆ, ਅਸੀਂ ਕਦੀ ਕਿਸੇ ਨੂੰ ਪਾਰਟੀ ਨੂੰ ਪੁੱਛੀ ਮੈਂ ਕਿਹੜੀ ਪਾਰਟੀ ਨੂੰ ਵੋਟ ਪਾਉਂਦਾ ਜਾਂ ਕਿਹੜੇ ਧੜੇ ਨੂੰ ਸੰਬੰਧ ਰੱਖਦਾ, ਜਿਹੜਾ ਆਇਆ ਉਹਦਾ ਕੰਮ ਕੀਤਾ ਔਰ ਕਰਨਾ। ਜੈ ਕਿਸ਼ਨ ਸਿੰਘ ਰੌੜੀ ਇਸ ਵਾਰ ਹੈਟ੍ਰਿਕ ਮਾਰਨਗੇ? ਇਹ ਤਾਂ ਸੱਚੇ ਪਾਤਸ਼ਾਹ ਸੰਗਤ ਦੇ ਸਿਰ ਤੇ ਹੈ, ਸਾਡਾ ਕੰਮ ਹੈਗਾ ਸੇਵਾ ਕਰਨਾ ਜੀ, ਮਾਲਕ ਦਾ ਕੰਮ ਹੈਗਾ ਫਲ ਦੇਣਾ ਜੀ। ਨਹੀਂ, ਇੱਕ ਉਮੀਦ ਵੀ ਹੁੰਦੀ ਨਾ ਵੀ ਮੈਂ ਇੰਨੇ ਕੰਮ ਕਰ ਲਏ ਆ ਤਾਂ ਮੈਂ ਮੇਰਾ ਜਿੱਤਣਾ ਬਣਦਾ ਜ਼ਰੂਰੀ ਹੈ ਮੇਰਾ। ਸੰਗਤ ਦਾ ਆਸ਼ੀਰਵਾਦ ਆ, ਸੰਗਤ ਨੇ ਦੱਸਣਾ, ਇਹ ਤਾਂ ਖੇਦਾ ਦਿਲ ਕਰਦਾ
ਤੁਸੀਂ ਸਿਆਸਤ ਚ ਆ ਕੇ ਸਿਆਸੀ ਗੁਣ ਛੇਤੀ ਸਿੱਖ ਲੈ ਰਹੇ ਵੈਸੇ। ਚਲੋ ਸਿਆਸੀ ਤਾਂ ਨਹੀਂ, ਸੱਚਾਈ ਆ, ਸੰਗਤ ਦਾ ਆਸ਼ੀਰਵਾਦ ਹੋਣਾ ਚਾਹੀਦਾ, ਸੰਗਤ ਨਾਲ ਸਾਰੇ ਨਾਲ ਜੀ। ਗੜਸ਼ੰਕਰ ਦੇ ਹੋਰ ਜਿਹੜੇ ਵਿਕਾਸ ਦੀ ਆਪਾਂ ਗੱਲ ਕਰੀਏ, ਅਧਿਆਪਕਾਂ ਦੀ ਵੀ ਘਾਟ ਮਹਿਸੂਸ ਹੋਈ ਇੱਥੇ ਕਈਆਂ ਪਿੰਡਾਂ ਦੇ ਵਿੱਚ, ਅਧਿਆਪਕ ਵੀ ਹੈ ਨਹੀਂ ਗੇ, ਉਹਨਾਂ ਬਾਰੇ ਤੁਸੀਂ ਕੀ ਸੋਚ ਰਹੇ ਹੋ ਜੀ? ਗੜਸ਼ੰਕਰ ਜ਼ਿਲ੍ਹੇ ਦੇ ਵਿੱਚ ਜਦੋਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਜੀ ਜੀ ਜਦੋਂ ਟੀਚਰ ਆਏ ਨੇ ਤਾਂ ਸਭ ਤੋਂ ਵੱਧ ਟੀਚਰ 92 ਟੀਚਰ ਇਕੱਲੇ ਹਲਕੇ ਗੜਸ਼ੰਕਰ ਨੂੰ ਮਿਲੇ ਆ। ਹੁਣ ਸੜਕਾਂ ਵੀ ਚੌੜੀਆਂ ਕਰਨ ਦੀ ਗੱਲ ਕਰ ਰਹੇ ਹਾਂ ਆਪਾਂ, ਜਿੱਦਾਂ ਕੋਈ 18 ਫੁੱਟੀਆਂ ਕਰ ਰਹੇ, ਕੋਈ 22 ਫੁੱਟੀ ਸੜਕ ਕਰ ਰਹੇ ਹਾਂ। ਸਕੂਲ ਆਫ ਐਮੀਨੈਂਸ, ਤੁਸੀਂ ਸਕੂਲਾਂ ਦੀ ਗੱਲ ਕੀਤੀ ਸੀ ਜੀ, ਤੁਸੀਂ ਕਿਹਾ ਵੀ ਸਕੂਲਾਂ ਸੁਧਾਰਨੀ, ਗੜਸ਼ੰਕਰ ਸੀਨੀਅਰ ਸੈਕੰਡਰੀ ਸਕੂਲ ਜਾ ਕੇ ਦੇਖੋ, ਪੱਦੀ ਸੂਰਤ ਸਿੰਘ ਸਕੂਲ ਜਾ ਕੇ ਦੇਖੋ, ਬੋੜਾ ਸਕੂਲ ਜਾ ਕੇ ਦੇਖੋ, ਗੁਰਮਿਸ਼ਨਪੁਰੀ ਸਕੂਲ ਜਾ ਕੇ ਦੇਖੋ, ਤੁਸੀਂ ਹੈਬੋਵਾਲ ਸਕੂਲ ਜਾ ਕੇ ਦੇਖੋ, ਇਹਨਾਂ ਸਕੂਲਾਂ ਦੇ ਵਿੱਚ ਜਿਹੜੇ ਰਿਕਾਰਡ ਤੋੜ, ਪੱਦੀ ਸੂਰਤ ਸਿੰਘ ਐਡਮਿਸ਼ਨ ਨਹੀਂ ਮਿਲਦੀ, ਸਰਕਾਰੀ ਸਕੂਲ ਆ ਜੀ, ਬੱਚੇ ਇੰਨੇ ਆ, ਐਡਮਿਸ਼ਨ ਨਹੀਂ ਮਿਲਦੀ ਉੱਥੇ, ਬੱਚਿਆਂ ਨੂੰ ਸਿਫਾਰਿਸ਼ ਪਾ ਕੇ ਅਗਲੇ ਸਾਡੇ ਕੋਲ ਆਉਂਦੇ, ਸਾਡੇ ਬੱਚੇ ਐਡਮਿਸ਼ਨ ਕਰਾ ਦਿਓ। ਗੜਸ਼ੰਕ ਐਮੀਨਸ ਬਣਿਆ ਸਕੂਲ ਆਫ ਐਮੀਨਸ, ਇੱਥੇ ਲੋਕ ਸਾਡੇ ਕੋਲ ਸਿਫਾਰਿਸ਼ਾਂ ਕਰਦੇ ਕਿ ਸਰਕਾਰੀ ਸਕੂਲ ਦੇ ਵਿੱਚ ਮੇਰੇ ਬੱਚੇ ਐਡਮਿਸ਼ਨ ਕਰਾ ਦਿਓ। ਸਕੂਲਾਂ 'ਚ ਸੁਧਾਰ ਹੋਇਆ, ਬਹੁਤ ਸੁਧਾਰ ਹੋਇਆ, ਜਿਹੜੇ ਪੇਰੈਂਟਸ ਮੀਟਿੰਗ 'ਤੇ ਕਿਤੇ ਜਾ ਕੇ ਦੇਖੋ, ਜਦੋਂ ਬੱਚਿਆਂ ਦਾ ਫੰਕਸ਼ਨ ਹੁੰਦਾ ਉੱਥੇ ਜਾ ਕੇ ਦੇਖੋ, ਬੱਚਿਆਂ ਦੇ ਰਿਜ਼ਲਟ 'ਤੇ ਜਾ ਕੇ ਗੱਲ ਕਰੋ, ਸਾਡੇ ਬੱਚੇ ਜਿਹੜੇ ਕਾਫੀ ਮੱਲਾਂ ਮਾਰ ਰਹੇ ਆ। ਭਾਜਪਾ ਦੀ ਜਿਹੜੀ ਪਿਛਲੀ ਵਾਰੀ ਵੋਟ ਪਰਸੈਂਟ ਸੀਗਾ ਉਹ 6% ਸੀ, ਇਸ ਵਾਰ 13% ਹੋ ਗਿਆ ਲੋਕ ਸਭਾ 'ਚ ਜੇ ਆਪਾਂ ਗੱਲ ਕਰੀਏ, ਅਤੇ ਜਿਹੜੀ ਇਹ ਭਾਜਪਾ ਦਾ ਗ੍ਰਾਫ ਉੱਪਰ ਜਾ ਰਿਹਾ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਲਈ ਇਹ ਇੱਕ ਚੁਣੌਤੀ ਦਾ ਵਿਸ਼ਾ ਬਣ ਸਕਦੀ ਹੈ ਜੀ? ਸਾਡਾ ਕਦੇ ਨਹੀਂ ਚੁਣੌਤੀ ਦੇਖੀ, ਕਦੇ ਨਹੀਂ ਇਹ ਦੇਖਿਆ ਵੀ ਕਿੰਨਾ ਕੋਈ ਵੱਧ ਗਿਆ ਕਿੰਨਾ ਘੱਟ ਗਿਆ। ਸਾਡਾ ਕੰਮ ਆ ਸਿਰ ਸੱਟ ਕੇ ਕੰਮ ਕਰਨਾ ਜੀ, ਅਸੀਂ ਕੰਮ ਕੀਤਾ ਕੰਮ ਕਰਨਾ, ਅੱਗੇ ਤੋਂ ਵੀ ਕਦੇ ਵੋਟਾਂ ਦੀ ਨਾ ਚਿੰਤਾ ਕੀਤੀ ਹੈ, ਅਤੇ ਨਾ ਕਦੇ ਕਿਸੇ ਪਾਰਟੀ ਦੇ ਵਧਣ ਦੀ ਚਿੰਤਾ ਕੀਤੀ, ਨਾ ਕਿਸੇ ਘਟਣ ਦੀ ਚਿੰਤਾ ਕੀਤੀ ਹੈ। ਸਾਡਾ ਕੰਮ ਹੈਗਾ ਜੋ ਲੋਕਾਂ ਨੇ ਸੇਵਾ ਲਾਈ ਲੋਕਾਂ ਦਾ ਕੰਮ ਕਰਨਾ, ਜੇ ਕੰਮ ਕਰਾਂਗੇ ਤਾਂ ਲੋਕੀ ਸਿਰ ਤੇ ਰੱਖਣਗੇ, ਲੋਕੀ ਚਾਹੁਣ ਤਾਂ ਬੰਦਾ ਫਰਸ਼ 'ਤੇ, ਲੋਕੀ ਚਾਹੁਣ ਤਾਂ ਬੰਦਾ ਅਰਸ਼ 'ਤੇ, ਇਹ ਲੋਕਾਂ ਦੇ ਹੱਥ ਹੈ। ਗੜਸ਼ੰਕਰ ਦੇ ਲੋਕਾਂ ਨੇ ਤੁਹਾਨੂੰ ਜਿਤਾ ਕੇ ਭੇਜਿਆ, ਤੁਸੀਂ ਵਿਧਾਨ ਸਭਾ ਦੇ ਡਿਪਟੀ ਸਪੀਕਰ ਬਣੇ ਹੋ, ਬਹੁਤ ਸਾਰੀਆਂ ਉਮੀਦਾਂ ਨੇ ਗੜਸ਼ੰਕਰ ਹਲਕੇ ਨੂੰ, ਹਲਕੇ ਤੋਂ ਤੁਹਾਨੂੰ, ਔਰ ਉਹਨਾਂ ਉਮੀਦਾਂ 'ਤੇ ਸ਼ਾਇਦ ਤੁਸੀਂ ਖਰੇ ਵੀ ਉਤਰ ਰਹੇ ਹੋ, ਜਿੱਥੇ ਜਿੱਥੇ ਆਪਾਂ ਜਾਂਦੇ ਹਾਂ ਤੁਹਾਡੀ ਗੱਲ ਚਰਚਾ ਹੁੰਦੀ ਹੈ ਕਿ ਉਹ ਅੱਛਾ ਕੰਮ ਕਰ ਰਹੇ ਨੇ। ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਤੁਸੀਂ ਗੜਸ਼ੰਕਰ ਦੇ ਵੱਡੇ ਪ੍ਰੋਜੈਕਟ ਨੇ ਉਹ ਕਿਹੜੇ ਕਿਹੜੇ ਨੇ ਜੀ? ਇੱਕ ਮਾਈ ਸੀ ਜੀ, ਉਹਦੇ ਅੱਖਾਂ ਨਹੀਂ ਸੀ ਜੀ, ਉਹਦੇ ਘਰ ਦੇ ਵਿੱਚ ਕੋਈ ਦੁੱਧ ਵੀ ਨਹੀਂ ਸੀ, ਉਹਦੇ ਘਰ ਦੇ ਵਿੱਚ ਪੁੱਤ ਵੀ ਨਹੀਂ ਸੀ ਜੀ, ਉਹਨੂੰ ਇੱਕ ਰੱਬ ਦਾ ਬੰਦਾ ਮਿਲਿਆ। ਉਹ ਕਹਿੰਦੀ, ਉਹ ਕਹਿੰਦਾ ਵੀ ਮਾਈ ਜੋ ਮੰਗਣਾ ਮੰਗ ਲਾ, ਤੈਨੂੰ ਉਹੀ ਮਿਲੂ। ਉਹ ਮਾਈ ਸੀਗੀ, ਤੁਹਾਡੇ ਵਾਂਗੂ ਥੋੜ੍ਹੀ ਤੇਜ਼ ਸੀਗੀ ਵੈਸੇ, ਅਤੇ ਮਾਈ ਕਹਿੰਦੀ ਮੈਂ ਆਪਣੀ ਪੋਤ ਨੂੰ ਸੋਨੇ ਦੇ ਮਦਾਣੀ ਦੇ ਵਿੱਚ ਦੁੱਧ ਰਿੜਕਦਿਆਂ ਦੇਖਾਂ। ਉਹਨੇ ਸਾਰਾ ਕੁਛ ਮੰਗ ਲਿਆ। ਮਾਣਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਸਾਡੇ ਗੜਸ਼ੰਕਰ ਆਏ, ਖੁਰਾਲਗੜ੍ਹ ਸਾਹਿਬ ਸ਼੍ਰੀ ਗੁਰਦਾਸ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਆ। ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਨੂੰ ਗੜਸ਼ੰਕਰ ਨੂੰ ਕੁੱਝ ਨਹੀਂ ਚਾਹੀਦਾ, ਸਾਨੂੰ ਸਿਰਫ ਜਿਹੜਾ 650 ਸਾਲ ਆ ਸ਼੍ਰੀ ਗੁਰਦਾਸ ਮਹਾਰਾਜ ਜੀ ਦਾ ਆ ਰਿਹਾ, ਉਹ ਤੁਸੀਂ ਐਲਾਨ ਕਰਕੇ ਜਾਓ ਕਿ ਗੜਸ਼ੰਕਰ ਦੀ ਇਸ ਧਰਤੀ ਦੇ ਉੱਤੇ ਜਿਹੜਾ ਖੁਰਾਲਗੜ੍ਹ ਸਾਹਿਬ ਦੀ ਧਰਤੀ ਉੱਤੇ ਮਨਾਇਆ ਜਾਊਗਾ। ਔਰ ਮੁੱਖ ਮੰਤਰੀ ਸਾਹਿਬ ਉੱਥੇ ਕਮਿਟ ਕਰਕੇ ਗਏ ਆ, ਉਹਨਾਂ ਨੇ ਹਾਂ ਕੀਤੀ ਹੈ। ਹੁਣ ਅਸੀਂ ਸਾਰੇ ਹਲਕੇ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਕੋਈ ਕੰਮ ਹੋਣ ਵਾਲਾ ਪੈਂਡਿੰਗ ਹੈ, ਕੋਈ ਸੜਕ ਨਵੀਂ ਬਣਨ ਵਾਲੀ ਹੈ, ਕੋਈ ਸੜਕ ਚੌੜੀ ਹੋਣ ਵਾਲੀ ਹੈ, ਕੋਈ ਸਕੂਲ ਦਾ ਕੰਮ ਹੋਣ ਵਾਲਾ, ਕੋਈ ਹੋਸਪਿਟਲ ਦਾ ਕੰਮ ਹੋਣ ਵਾਲਾ, ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਸਕੂਲ ਦੇ ਆਪਾਂ ਇਨਫਰਾਸਟ੍ਰਕਚਰ ਦੀ ਗੱਲ ਕਰਦੇ ਹਾਂ, ਇੰਪਲਾਇਮੈਂਟ ਦੀ ਗੱਲ ਕਰਦੇ ਹਾਂ, ਇਨਵਾਇਰਮੈਂਟ ਦੀ ਗੱਲ ਕਰਦੇ ਹਾਂ, ਸਾਰੀਆਂ ਪ੍ਰਪੋਜ਼ਲਾਂ ਜਿਹੜੀਆਂ ਉਸ ਦਿਨ ਤੋਂ ਹੀ ਬਣਨੀਆਂ ਸ਼ੁਰੂ ਹੋ ਰਹੀਆਂ ਨੇ। ਔਰ 650 ਸਾਲਾਂ ਗੜਸ਼ੰਕਰ ਨੂੰ ਮਿਲਣਾ, ਕਰੋੜਾਂ ਰੁਪਏ ਦੇ ਫੰਡ ਜਿਹੜੇ ਆ ਉਹ ਗੜਸ਼ੰਕਰ ਨੂੰ ਸਪੈਸ਼ਲ ਤੌਰ 'ਤੇ ਆਉਣੇ ਆ, ਵੱਖ ਵੱਖ ਪਿੰਡਾਂ ਨੂੰ ਆਉਣੇ ਆ, ਵੱਖ ਵੱਖ ਸਾਡੇ ਜਿਹੜੇ ਆ ਮਾਲਪੁਰ ਹੋਇਆ, ਸੈਲਾ ਜੋਨ ਹੋਇਆ, ਗੜਸ਼ੰਕਰ ਹੋਇਆ, ਸਮੁੰਦਰਾ ਹੋਇਆ, ਬੀਤ ਏਰੀਆ ਹੋਇਆ, ਇੱਥੇ ਜਿੰਨੀਆਂ ਵੀ ਕਮੀਆਂ ਨੇ, ਜਿੰਨੀਆਂ ਵੀ ਚੀਜ਼ਾਂ ਦੀ ਲੋੜ ਹੈ ਉਹ ਗੁਰੂ ਮਹਾਰਾਜ ਦੀ ਕਿਰਪਾ ਕਰਨੀ ਹੈ, 650 ਸਾਲਾਂ ਤੁਹਾਨੂੰ ਸਾਰੀਆਂ ਮਿਲ ਜਾਣੀਆਂ। ਕੰਮ ਸਾਡੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਪੂਰੇ ਪੰਜਾਬ ਦੇ ਵਿੱਚੋਂ ਜੇਕਰ ਕਿਸੇ ਨੂੰ ਪਛਾੜਿਆ ਗਿਆ ਤਾਂ ਦੁਆਬੇ ਨੂੰ, ਦੁਆਬੇ 'ਚੋਂ ਪਛਾੜਿਆ ਗਿਆ ਤਾਂ ਗੜਸ਼ੰਕਰ ਨੂੰ, ਗੜਸ਼ੰਕਰ 'ਚੋਂ ਪਛਾੜਿਆ ਗਿਆ ਤਾਂ ਸਾਡੇ ਬੀਜ ਏਰੀਏ ਨੂੰ। ਮੈਂ ਜਿਹੜੀ ਗੱਲ ਕਰਦਾ, ਇਹ ਜਿੰਨਾ ਵੀ ਪਿਛੜਾਪਨ ਸੀ
ਇਹ ਸੱਚੇ ਪਾਤਸ਼ਾਹ ਦੀ ਕਿਰਪਾ ਹੋਣੀ, ਸ਼੍ਰੀ ਗੁਰਦਾਸ ਮਹਾਰਾਜ ਜੀ ਦੀ ਕਿਰਪਾ ਹੋਣੀ ਹੈ, ਸਾਡੇ 600 ਸਾਲਾਂ ਨੂੰ ਆ ਰਿਹਾ, ਸਾਰੀਆਂ ਪ੍ਰਪੋਜ਼ਲਾਂ ਤਿਆਰ ਹੋ ਰਹੀਆਂ, ਕਰੋੜਾਂ ਰੁਪਏ ਦੇ ਫੰਡ ਆਉਣੇ ਆ, ਕਿਸੇ ਪਿੰਡ ਦੇ ਵਿੱਚ ਵੀ ਕੋਈ ਵੀ ਜਿਹੜੀ ਕੰਮ ਦੀ ਕੋਈ ਕਸਰ ਨਹੀਂ ਰਹਿਣੀ। ਵਿਧਾਇਕ ਡਿਪਟੀ ਸਪੀਕਰ ਹੋਣ ਦੇ ਨਾਤੇ ਕਿਸਾਨਾਂ ਦੀ ਆਵਾਜ਼ ਕਿਉਂ ਨਹੀਂ ਬਣ ਸਕੇ? ਹੁਣੇ ਜਿਹੜਾ ਕੱਲ੍ਹ ਪਰਸੋਂ 1,18,65,000 ਰੁਪਏ ਦੇ ਨਾਲ ਮਾਲਪੁਰ ਦੀ ਮੰਡੀ ਦਾ ਜਿਹੜਾ ਫੜ ਹੈ ਉਹ ਪੱਕਾ ਕਰਨ ਦਾ ਆਪਾਂ ਕੰਮ ਕਰਕੇ ਆਏ ਹਾਂ। ਪਨਾਮ ਦੀ ਜਿਹੜੀ ਮੰਡੀ ਹੈ ਉਹਦਾ ਪੱਕਾ ਕਰਕੇ ਆਏ ਹਾਂ। ਜਿਹੜੇ ਟਿਊਬਵੈਲਾਂ ਦੀ ਗੱਲ ਹੈ, ਇਹ ਕਿਸਾਨਾਂ ਦੀ ਗੱਲ ਹੈ। 20 ਏਰੀਏ ਦੇ ਵਿੱਚ 37 ਪਿੰਡ ਨੇ ਸਾਡੇ, ਉੱਥੇ 37 ਪੰਚਾਇਤਾਂ ਨੇ, ਉਹਨਾਂ ਨੂੰ ਲਿਫਟ ਦੇ ਨਾਲ ਪਾਣੀ ਦੇਣਾ ਇਹ ਕਿਸਾਨਾਂ ਦੀ ਮੰਗ ਹੈ। ਕਿਸਾਨਾਂ ਦੀ ਜਿਹੜੀ ਗੱਲ ਕਰਨੀ ਸਾਡਾ ਹੀ ਕੰਮ ਹੈ। ਆਪਾਂ ਕਿਸਾਨ, ਮਜ਼ਦੂਰ, ਮਹਿਲਾਵਾਂ, ਵਪਾਰੀ ਅਤੇ ਨਾਲ ਸਾਡਾ ਜਿਹੜਾ ਨੌਜਵਾਨ ਵਰਗ ਹੈ ਉਹਨਾਂ ਨੂੰ ਸਪੈਸ਼ਲ ਸੇਧ ਦੇਣਾ ਸਾਡਾ ਕੰਮ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਚੋਣਾਂ ਤੋਂ ਪਹਿਲਾਂ ਬੜਾ ਰੱਟਾ ਲਾਇਆ ਸੀ, MSP ਦੇਵਾਂਗੇ, MSP ਦੇਵਾਂਗੇ। ਆਮ ਆਦਮੀ ਪਾਰਟੀ ਕਿੱਥੇ ਖੜੀ ਹੈ MSP ਦੇ ਮਾਮਲੇ ਲੈ ਕੇ? ਹਰ ਮੁੱਦੇ 'ਤੇ ਹੁਣ ਸੈਸ਼ਨ ਆ ਰਿਹਾ, ਤੁਹਾਨੂੰ ਬੜੀਆਂ ਚੰਗੀਆਂ ਖਬਰਾਂ ਜਿਹੜੀਆਂ ਸੁਣਨੋਂ ਅੱਗੇ ਮਿਲਣਗੀਆਂ। MSP ਦੇ ਰਹੇ ਹੋ ਸਰ? ਚੰਗੀਆਂ ਖਬਰਾਂ, ਬਹੁਤ ਹੀ ਜਿਹੜਾ ਪੰਜਾਬ ਪੱਖੀ, ਪੰਜਾਬ ਦਾ ਕੋਈ ਵੀ ਵਰਗ ਹੈ, ਭਾਵੇਂ ਮਜ਼ਦੂਰ ਹੈ, ਭਾਵੇਂ ਕਿਸਾਨ ਹੈ, ਭਾਵੇਂ ਵਪਾਰੀ ਹੈ, ਭਾਵੇਂ ਨੌਜਵਾਨ ਹੈ, ਮਹਿਲਾਵਾਂ ਹੈ, ਹਰ ਇੱਕ ਨੂੰ ਜਿਹੜਾ ਆ ਉਹ ਸੈਸ਼ਨ ਦੇ ਵਿੱਚ, ਹੁਣ ਜਿਹੜਾ ਮਾਨਸੂਨ ਸੈਸ਼ਨ ਵੀ ਆਊਗਾ, ਸਰਦ ਰੁੱਤ ਸੈਸ਼ਨ ਵੀ ਆਊਗਾ, ਬਜਟ ਸੈਸ਼ਨ ਵੀ ਆਊਗਾ, ਹਰ ਸੈਸ਼ਨ ਦੇ ਵਿੱਚ ਵੱਖ ਵੱਖ ਦੇ ਵਿੱਚ ਜਿਹੜੇ ਚੰਗੀਆਂ ਗੱਲਾਂ ਜਿਹੜਾ ਪੰਜਾਬ ਦੇ ਹਿੱਤ ਦੀਆਂ ਨੇ, ਪੰਜਾਬ ਦੇ ਲੋਕਾਂ ਦੇ ਹਿੱਤ, ਉਹ ਸੁਣਨ ਮਿਲਣਗੀਆਂ। ਪੰਜਾਬ ਵਿਧਾਨ ਸਭਾ ਦੀ ਆਪਾਂ ਗੱਲ ਕਰੀਏ ਤਾਂ 93 ਤੁਸੀਂ ਇੱਕ ਪਾਸੇ ਹੋ ਅਤੇ ਬਾਕੀ ਨਾ ਮਾਤਰੀ ਦੂਜੇ ਪਾਸੇ ਨੇ, ਉਸਦੇ ਬਾਵਜੂਦ ਵੀ ਪੰਜਾਬ ਦੇ ਲੋਕਾਂ ਨੇ ਲੋਕ ਸਭਾ 'ਚ ਕਿਉਂ ਨਕਾਰਿਆ ਤੁਹਾਨੂੰ? ਨਹੀਂ, ਨਕਾਰਿਆ ਨਹੀਂ ਕਹਿ ਸਕਦੇ, ਇਹ ਬਿਲਕੁਲ ਨਹੀਂ ਗੱਲ, ਤੁਸੀਂ ਵਾਰ ਵਾਰ ਉਹੀ ਗੱਲ ਕਰੋ। ਮੈਂ ਤੁਹਾਨੂੰ ਕਹਿ ਰਿਹਾ ਕਿ ਇਹ ਜਿਹੜਾ ਇਲੈਕਸ਼ਨ ਸੀਗਾ ਪੰਜਾਬ ਦਾ ਇਲੈਕਸ਼ਨ ਨਹੀਂ ਸੀ, ਇਹ ਦੇਸ਼ ਦਾ ਇਲੈਕਸ਼ਨ ਸੀ। ਲੋਕਾਂ ਨੂੰ ਲੱਗਾ ਕਿ BJP ਨੂੰ ਟੱਕਰ ਜਿਹੜੀ ਉਹ ਕਾਂਗਰਸ ਦੇ ਸਕਦੀ, ਲੋਕਾਂ ਨੇ ਉੱਧਰ ਵੋਟਾਂ ਪਾਤੀਆਂ, ਪਰ 3 ਸੀਟਾਂ ਜਿਹੜੀਆਂ 2 ਦੁਆਬੇ ਦੇ ਵਿੱਚੋਂ ਆਉਣੀਆਂ ਸੀਟਾਂ, ਬਹੁਤ ਵੱਡੀ ਗੱਲ ਹੈ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਲੋਕਾਂ ਦਾ ਚੰਗਾ ਰਿਸਪੌਂਸ ਹੈ, ਮੈਂ ਮਾੜਾ ਗੱਲ ਨਹੀਂ ਕਹਿ ਸਕਦਾ। ਬਹੁਤ ਬਹੁਤ ਧੰਨਵਾਦ ਰੋੜੀ ਸਾਹਿਬ, ਤੁਸੀਂ R19 ਟਾਈਮ ਦਿੱਤਾ ਔਰ ਬਹੁਤ ਹੀ ਜਿਹੜੀਆਂ ਬੇਸ਼ਕੀਮਤੀ ਗੱਲਾਂ ਤੁਸੀਂ ਸਾਡੇ ਚੈਨਲ 'ਤੇ ਕੀਤੀਆਂ, ਬਹੁਤ ਬਹੁਤ ਤੁਹਾਡਾ ਮਿਹਰਬਾਨੀ। ਥੈਂਕ ਯੂ, ਬਹੁਤ ਬਹੁਤ ਸਤਿ ਸ਼੍ਰੀ ਅਕਾਲ।